ਸ੍ਰੀ ਅਕਾਲ ਜੀ, ਸਾਡੇ ਚੈਨਲ ਪੰਜਾਬੀ ਟੋਟਕੇ ਦੇ ਉਪਾਅ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ। ਹਫਤੇ ਦਾ ਰਾਸ਼ੀ ਫਲ ਲੈ ਕੇ ਅਸੀਂ ਤੁਹਾਡੇ ਸਾਹਮਣੇ ਹਾਜ਼ਰ ਹਾਂ। 2 ਸਤੰਬਰ ਤੋਂ ਲੈ ਕੇ 8 ਸਤੰਬਰ ਦਾ ਹਫਤਾ ਤੁਹਾਡਾ ਕਿਸ ਤਰ੍ਹਾਂ ਦਾ ਰਹੇਗਾ, ਇਹਦੀ ਪੂਰੀ ਜਾਣਕਾਰੀ ਦੇਵਾਂਗੇ। ਜਾਣਕਾਰੀ ਚੰਦਰ ਰਾਸ਼ੀ ਤੇ ਆਧਾਰਿਤ ਹੈ। ਚੰਦਰ ਰਾਸ਼ੀ ਨਹੀਂ ਪਤਾ ਹੈ ਤਾਂ ਨਾਮ ਤੇ ਲਗਨ ਦੇ ਆਧਾਰ ਤੇ ਵੀ ਇਸ ਜਾਣਕਾਰੀ ਨੂੰ ਤੁਸੀਂ ਦੇਖ ਸਕਦੇ ਹੋ। ਇਸ ਹਫਤੇ 6 ਰਾਸ਼ੀਆਂ ਐਸੀਆਂ ਹੋਣਗੀਆਂ ਜਿਨ੍ਹਾਂ ਨੂੰ ਅਚਾਨਕ ਧਨ ਲਾਭ ਹੋਏਗਾ ਤੇ ਫੈਮਿਲੀ ਵਿੱਚ ਕੋਈ ਖੁਸ਼ਖਬਰੀ ਵੀ ਮਿਲ ਸਕਦੀ ਹੈ। ਤੇ ਉਹ 6 ਰਾਸ਼ੀਆਂ ਕਿਹੜੀਆਂ ਹਨ ਉਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ। ਤੇ ਸਭ ਤੋਂ ਪਹਿਲੇ ਸ਼ੁਰੂਆਤ ਕਰਦੇ ਹਾਂ 12 ਰਾਸ਼ੀਆਂ ਵਿੱਚੋਂ ਪਹਿਲੀ ਰਾਸ਼ੀ ਏਰੀਜ਼ ਯਾਨੀ ਕਿ ਮੇਖ ਰਾਸ਼ੀ ਤੋਂ। ਦੇਖੋ ਜੀ, ਮੇਖ ਰਾਸ਼ੀ ਵਾਲਿਆਂ ਦੀ ਹਫਤੇ ਦੀ ਸ਼ੁਰੂਆਤ ਦੇ ਫੋਕਸ ਦੀ ਗੱਲ ਕੀਤੀ ਜਾਵੇ 2 ਸਤੰਬਰ ਤੋਂ ਲੈ ਕੇ 8 ਸਤੰਬਰ ਦੇ ਵਿੱਚ, ਉਹਨਾਂ ਦਾ ਫੋਕਸ ਸਭ ਤੋਂ ਪਹਿਲੇ ਆਪਣੀ ਸੰਤਾਨ ਦੀ ਜੋ ਰਿਸਪੋਂਸਿਬਿਲਟੀ ਹੈ ਉਹਦੇ ਉੱਤੇ ਉਹਨਾਂ ਦਾ ਇਸ ਹਫਤੇ ਧਿਆਨ ਰਹਿਣ ਵਾਲਾ ਹੈ, ਕਿਉਂਕਿ ਸੂਰਜ ਤੇ ਚੰਦਰਮਾ ਦੋਨੋਂ ਹੀ ਸਿੰਘ ਰਾਸ਼ੀ ਵਿੱਚ ਪੰਚਮ ਭਾਵ 'ਚ ਬੈਠੇ ਹਨ। ਨਾਲ ਦੇ ਨਾਲ ਤੁਸੀਂ ਤੁਹਾਡੇ ਬਹੁਤ ਜਿਹੜੇ ਸਰਕਾਰੀ ਕੰਮ ਰੁਕੇ ਹੋਏ ਹਨ, ਅਟਕੇ ਹੋਏ ਹਨ, ਕਾਫੀ ਸਮੇਂ ਤੋਂ ਨਹੀਂ ਹੋ ਰਹੇ ਹਨ, ਉਹਦੇ ਉੱਤੇ ਵੀ ਇਸ ਹਫਤੇ ਤੁਹਾਡਾ ਧਿਆਨ ਰਹੇਗਾ ਕਿ ਕਿਸ ਤਰ੍ਹਾਂ ਇਹਨਾਂ ਨੂੰ ਸੁਲਝਾਇਆ ਜਾਏ। ਹੁਣ ਜੇ ਅਸੀਂ ਤੁਹਾਡੀ ਧਨ ਦੀ ਸਥਿਤੀ ਦੀ ਗੱਲ ਕਰੀਏ ਤਾਂ ਇਸ ਹਫਤੇ ਤੁਹਾਨੂੰ 2 ਵੱਡੇ ਧਨ ਲਾਭ ਹੋ ਸਕਦੇ ਹਨ। ਪਹਿਲਾ, ਕੋਈ ਵੀ ਐਸਾ ਇਨਸਾਨ ਆਏਗਾ ਤੁਹਾਡੀ ਜਾਣ ਪਹਿਚਾਣ 'ਚ ਹੋ ਸਕਦਾ ਹੈ, ਰਿਸ਼ਤੇਦਾਰੀ 'ਚ ਹੋ ਸਕਦਾ ਹੈ, ਜਾਂ ਦੋਸਤ ਮਿੱਤਰ ਹੋ ਸਕਦਾ ਹੈ, ਜੋ ਤੁਹਾਨੂੰ ਕੋਈ ਕੰਟਰੈਕਟ ਦਿਲਾ ਸਕਦਾ ਹੈ ਜਾਂ ਫਿਰ ਤੁਹਾਨੂੰ ਇਸ ਤਰ੍ਹਾਂ ਦਾ ਉਕਸਾ ਸਕਦਾ ਹੈ ਕਿ ਇਹ ਵਾਲਾ ਕੰਮ ਲੈ, ਇਹ ਕੰਮ ਲੈ। ਤਾਂ ਦੇਖੋ ਜੀ, ਕੋਈ ਵੀ ਤੁਹਾਡੇ ਜਾਣ ਪਹਿਚਾਣ ਦਾ ਕੋਈ ਤੁਹਾਨੂੰ ਔਫਰ ਕਰੇ ਤਾਂ ਤੁਸੀਂ ਉਸ ਔਫਰ ਨੂੰ ਜ਼ਰੂਰ ਲੈ ਲੈਣਾ, ਐਕਸੈਪਟ ਜ਼ਰੂਰ ਕਰ ਲੈਣਾ। ਇਸ ਕਰਕੇ ਤੁਹਾਨੂੰ ਬਹੁਤ ਜ਼ਿਆਦਾ ਧਨ ਲਾਭ ਹੋਏਗਾ। ਦੂਜਾ, ਤੁਹਾਨੂੰ ਕੋਈ ਵੀ ਇਨਵੈਸਟਮੈਂਟ ਜੇਕਰ ਤੁਸੀਂ ਇਸ ਹਫਤੇ ਕਰਦੇ ਹੋ ਤਾਂ ਉਸ ਤੋਂ ਵੀ ਤੁਹਾਨੂੰ ਵੱਡਾ ਅੱਛਾ ਧਨ ਲਾਭ ਹੋ ਸਕਦਾ ਹੈ, ਕਿਉਂਕਿ ਸ਼ੁਕਰ ਜੋ ਹੈ ਨਾ ਉਹ 6ਵੇਂ ਭਾਵ 'ਚ ਬੈਠਾ ਹੈ ਤਾਂ ਉਹ ਬਹੁਤ ਜ਼ਿਆਦਾ ਤੁਹਾਡੇ ਧਨ ਵਿੱਚ ਵਾਧਾ ਕਰਵਾਉਂਦਾ ਹੈ। ਇਸ ਦੇ ਨਾਲ ਨਾਲ ਤੁਹਾਡੇ ਇਸ ਹਫਤੇ ਖਰਚੇ ਵੀ ਹਨ, ਕੋਈ ਫੈਮਿਲੀ ਦੇ ਉੱਤੇ ਕੋਈ ਖਰਚਾ ਹੋ ਸਕਦਾ ਹੈ ਜਾਂ ਕੋਈ ਗਹਿਣੇ ਜਾਂ ਕੱਪੜੇ ਵੀ ਤੁਸੀਂ ਖਰੀਦ ਸਕਦੇ ਹੋ। ਵੈਸੇ ਤੁਹਾਡੀ ਧਨ ਦੀ ਸਥਿਤੀ ਇਸ ਹਫਤੇ ਬਹੁਤ ਜ਼ਿਆਦਾ ਅੱਛੀ ਹੈ। ਇਸ ਤੋਂ ਇਲਾਵਾ ਇਸ ਹਫਤੇ ਤੁਹਾਨੂੰ ਹਲਕੀ ਫੁਲਕੀ ਹੱਥਾਂ ਪੈਰਾਂ 'ਤੇ ਸੱਟ ਵੀ ਲੱਗ ਸਕਦੀ ਹੈ, ਇਸਦਾ ਤੁਹਾਨੂੰ ਧਿਆਨ ਰੱਖਣਾ ਹੈ। ਨਾਲ ਦੇ ਨਾਲ ਮਾਤਾ ਪਿਤਾ ਦੇ ਨਾਲ ਤੁਹਾਡੀ ਇਸ ਹਫਤੇ ਅਣਬਣ ਹੋ ਸਕਦੀ ਹੈ, ਤੁਹਾਡੇ ਵਿਚਾਰ ਮਤਭੇਦ ਹੋ ਸਕਦੇ ਹਨ। ਕਹਿਣ ਦਾ ਮਤਲਬ, ਉਹ ਕਹਿਣਗੇ ਇਹ ਕਰ, ਤੁਸੀਂ ਕਹੋਗੇ ਨਹੀਂ ਇਹ ਮੈਂ ਨਹੀਂ ਕਰਨਾ, ਇਸ ਤਰ੍ਹਾਂ ਦੇ ਮਤਭੇਦ ਹੁੰਦੇ ਨਜ਼ਰ ਆ ਰਹੇ ਹਨ। ਖਾਸ ਕਰਕੇ ਉਹਨਾਂ ਮੇਖ ਰਾਸ਼ੀ ਵਾਲਿਆਂ ਵਾਸਤੇ ਜਿਨ੍ਹਾਂ ਦੀ ਉਮਰ ਛੋਟੀ ਹੈ, ਜੋ ਸਟੂਡੈਂਟਸ ਹਨ, ਉਹਨਾਂ ਦਾ ਮਾਤਾ ਪਿਤਾ ਦੇ ਨਾਲ ਮਤਭੇਦ ਜ਼ਿਆਦਾ ਨਜ਼ਰ ਆ ਰਿਹਾ ਹੈ। ਹੁਣ ਜੇ ਮੇਖ ਰਾਸ਼ੀ ਵਾਲਿਆਂ ਦੇ ਕਰੀਅਰ ਦੀ ਗੱਲ ਕਰੀਏ ਤਾਂ ਦੇਖੋ ਜੀ, ਇੱਕ ਅੱਛੀ ਚੀਜ਼ ਹੋਣ ਵਾਲੀ ਹੈ ਅਤੇ ਇੱਕ ਥੋੜ੍ਹੀ ਜਿਹੀ ਮਾੜੀ ਵੀ ਹੈ। ਪਹਿਲੇ ਅੱਛੀ ਗੱਲ ਦੱਸ ਦਿੰਦੀ ਹਾਂ ਕਿ ਕਰੀਅਰ ਦੇ ਮਾਮਲੇ ਵਿੱਚ ਤੁਹਾਨੂੰ ਕੋਈ ਨਾ ਕੋਈ ਅੱਛੀ ਗੁੱਡ ਨਿਊਜ਼ ਮਿਲ ਸਕਦੀ ਹੈ। ਦੂਸਰਾ, ਆਫਿਸ ਜਾਂਦੇ ਵੇਲੇ ਤੁਹਾਡੀ ਗੱਡੀ 'ਤੇ ਕੋਈ ਡੈਂਟ ਲੱਗ ਸਕਦਾ ਹੈ ਜਾਂ ਤੁਸੀਂ ਕਿਸੇ ਦੀ ਗੱਡੀ ਨੂੰ ਮਾਰ ਸਕਦੇ ਹੋ ਜਾਂ ਕੋਈ ਤੁਹਾਡੀ ਗੱਡੀ ਨੂੰ ਮਾਰ ਸਕਦਾ ਹੈ, ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ। ਹੁਣ ਜੇ ਅਸੀਂ ਲਵ ਰਿਲੇਸ਼ਨਸ਼ਿਪ ਦੀ ਗੱਲ ਕਰੀਏ ਤਾਂ ਮੇਖ ਰਾਸ਼ੀ ਵਾਲਿਆਂ ਦਾ ਜੋ ਮੈਰਿਡ ਲਾਈਫ ਹੈ ਇਸ ਹਫਤੇ ਬਹੁਤ ਹੀ ਵਧੀਆ ਰਹਿਣ ਵਾਲੀ ਹੈ। ਤੁਸੀਂ ਹਫਤੇ ਦੇ ਆਖਿਰ ਵਿੱਚ ਆਪਣੇ ਲਵ ਪਾਰਟਨਰ ਨਾਲ, ਲਾਈਫ ਪਾਰਟਨਰ ਨਾਲ ਜਾਂ ਦੋਸਤ ਮਿੱਤਰਾਂ ਦੇ ਨਾਲ ਪ੍ਰੋਗਰਾਮ ਬਣਾ ਕੇ ਕਿਤੇ ਬਾਹਰ ਘੁੰਮਣ ਜਾ ਸਕਦੇ ਹੋ। ਤੁਹਾਡੇ ਪਾਰਟਨਰ ਨੂੰ ਫੋੜੇ ਫੁੰਸੀਆਂ ਜਾਂ ਐਸੀਡਿਟੀ ਦੀ ਸਮੱਸਿਆ ਰਹਿ ਸਕਦੀ ਹੈ। ਇਸ ਤੋਂ ਇਲਾਵਾ ਕੋਈ ਦਿੱਕਤ ਨਜ਼ਰ ਨਹੀਂ ਆ ਰਹੀ ਹੈ ਤੁਹਾਡੇ ਪਾਰਟਨਰ ਦੇ ਨਾਲ। ਇਹ ਹਫਤਾ ਬਹੁਤ ਹੀ ਜ਼ਿਆਦਾ ਵੰਡਰਫੁਲ 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 ਰਹਿਣ ਵਾਲਾ ਹੈ। ਤੁਹਾਡੇ ਵਾਸਤੇ ਹਫਤੇ ਦੀ ਸਲਾਹ ਹੈ ਕਿ ਪੂਰਾ ਹਫਤਾ ਜਦੋਂ ਵੀ ਘਰ ਤੋਂ ਬਾਹਰ ਨਿਕਲੋ, ਕੱਚੇ ਦੁੱਧ ਦਾ ਥੋੜ੍ਹਾ ਜਿਹਾ ਹਲਕਾ ਜਿਹਾ ਤਿਲਕ ਲਗਾ ਕੇ ਮੱਥੇ 'ਤੇ ਬਾਹਰ ਨਿਕਲੋ, ਸਾਰੇ ਕੰਮ ਤੁਹਾਡੇ ਸਫਲ ਹੋਣਗੇ ਜੀ।
ਹੁਣ ਆਪਾਂ ਗੱਲ ਕਰ ਲੈਂਦੇ ਹਾਂ ਟੋਰਸ ਯਾਨੀ ਕਿ ਰਿਸ਼ਭ ਰਾਸ਼ੀ ਵਾਲਿਆਂ ਦੀ, ਤਾਂ ਦੇਖੋ ਇਸ ਹਫਤੇ ਤੁਹਾਡੇ ਧਾਰਮਿਕ ਯਾਤਰਾ ਦੇ ਯੋਗ ਬਣ ਰਹੇ ਹਨ, ਦੂਰ ਨਹੀਂ ਆਸ ਪਾਸ ਦੀ ਹੀ ਪਰ ਧਾਰਮਿਕ ਯਾਤਰਾ ਦੇ ਯੋਗ ਬਣਦੇ ਨਜ਼ਰ ਆ ਰਹੇ ਹਨ। ਨਾਲ ਦੇ ਨਾਲ ਇਸ ਹਫਤੇ ਕੁਝ ਤੁਸੀਂ ਕੁਝ ਨਵਾਂ ਸਿੱਖਣ ਵਾਲੇ ਹੋ, ਜਿਸ ਤਰ੍ਹਾਂ ਕਿ ਆਪਣੇ ਆਪ ਨੂੰ ਨਾ ਅੰਦਰ ਦੀ ਜਿਹੜੀ ਤੁਹਾਡੀ ਗਿਆਨ ਹੈ, ਨੌਲੇਜ ਹੈ, ਉਸ ਨੂੰ ਪੂਰਾ ਅਪ ਟੂ ਡੇਟ ਕਰਨ ਵਾਲੇ ਹੋ। ਹੁਣ ਜੇ ਤੁਹਾਡੇ ਰਿਸ਼ਭ ਰਾਸ਼ੀ ਵਾਲਿਆਂ ਦੇ ਹਫਤੇ ਦੇ ਫੋਕਸ ਦੀ ਬਾਰੇ ਗੱਲ ਕਰੀਏ, ਤਾਂ ਤੁਹਾਡਾ ਫੋਕਸ ਪੂਰਾ ਹਫਤਾ ਆਪਣੀ ਫੈਮਿਲੀ, ਆਪਣੇ ਪਰਿਵਾਰ ਦੇ ਉੱਤੇ ਰਹੇਗਾ। ਆਪਣੇ ਮਾਤਾ ਪਿਤਾ ਦੇ ਨਾਲ ਕਿਵੇਂ ਰਿਲੇਸ਼ਨ ਠੀਕ ਕੀਤੇ ਜਾਣ, ਭੈਣ ਭਰਾਵਾਂ ਦੇ ਨਾਲ ਜੋ ਅਲਗਾਵ ਹੋ ਗਿਆ ਹੈ, ਝਗੜਾ ਲੜਾਈ ਝਗੜਾ ਹੋ ਗਿਆ ਹੈ, ਉਹਨਾਂ ਨੂੰ ਕਿਸ ਤਰ੍ਹਾਂ ਠੀਕ ਕੀਤਾ ਜਾਵੇ, ਨਾਲ ਦੇ ਨਾਲ ਘਰ ਦੀ ਚੀਜ਼ਾਂ ਦੇ ਬਾਰੇ ਜੋ ਤੁਹਾਡੀ ਰਿਸਪੋਂਸਿਬਿਲਿਟੀ ਹੈ, ਸਭ ਇਹ ਤੁਹਾਡੇ ਦਿਮਾਗ ਵਿੱਚ ਉਹਨਾਂ ਦੇ ਉੱਤੇ ਹੀ ਫੋਕਸ ਰਹਿਣ ਵਾਲਾ ਹੈ। ਇਸ ਹਫਤੇ ਮੰਗਲ ਜੋ ਹੈ ਤੁਹਾਡੇ ਤ੍ਰਿਤੀਏ ਭਾਵ 'ਚ ਬੈਠੇ ਹਨ, ਤਾਂ ਤੁਹਾਨੂੰ ਇਸ ਹਫਤੇ ਮਿਹਨਤ ਬਹੁਤ ਕਰਨੀ ਪਏਗੀ। ਕਿਸੇ ਤੋਂ ਕੋਈ ਪੈਸਾ ਲੈਣਾ ਹੈ ਤਾਂ ਉਹ ਪੈਸਿਆਂ ਦੇ ਮਾਮਲੇ ਦੇ ਕਾਰਨ ਤੁਹਾਡਾ ਲੜਾਈ ਝਗੜਾ ਵਾਦ ਵਿਵਾਦ ਵੀ ਹੋ ਸਕਦਾ ਹੈ। ਤੁਸੀਂ ਉਹਦੇ ਤੋਂ ਪੈਸੇ ਲੈਣ ਵਾਸਤੇ ਤੁਹਾਨੂੰ ਬਹੁਤ ਜ਼ਿਆਦਾ ਫੋਨ ਕਰਨੇ ਪੈ ਸਕਦੇ ਹਨ, ਤੁਸੀਂ ਉਹਦੇ ਘਰ ਜਾਓਗੇ। ਕਹਿਣ ਦਾ ਮਤਲਬ ਹੈ ਕਿ ਪੈਸਿਆਂ ਦੇ ਲਈ ਤੁਹਾਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪਏਗੀ, ਤਾਂ ਜਾ ਕੇ ਇਸ ਹਫਤੇ ਤੁਹਾਨੂੰ ਪੈਸਾ ਮਿਲ ਸਕਦਾ ਹੈ। ਇਸ ਤੋਂ ਇਲਾਵਾ ਔਨਲਾਈਨ ਕੋਈ ਵੀ ਤੁਸੀਂ ਜੇਕਰ ਟ੍ਰਾਂਜੈਕਸ਼ਨ ਕਰਦੇ ਹੋ, ਪੈਸਿਆਂ ਦਾ ਲੈਣ ਦੇਣ ਕਰਦੇ ਹੋ, ਤਾਂ ਉਹ ਵੀ ਬੜਾ ਧਿਆਨ ਨਾਲ ਕਰਨਾ ਹੈ, ਕਿਉਂਕਿ ਇਸ ਤਰ੍ਹਾਂ ਦੇ ਯੋਗ ਬਣਦੇ ਨਜ਼ਰ ਆ ਰਹੇ ਹਨ ਕਿ ਕੋਈ ਠੱਗੀ, ਕੋਈ ਸਕੈਮ ਤੁਹਾਡੇ ਨਾਲ ਹੋ ਸਕਦਾ ਹੈ, ਜਿਸ ਦੇ ਕਾਰਨ ਤੁਹਾਨੂੰ ਬੈਂਕ ਦੇ ਚੱਕਰ ਲਗਾਉਣੇ ਪੈ ਸਕਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਧਨ ਦੇ ਮਾਮਲੇ ਵਿੱਚ ਤੁਹਾਡਾ ਇਹ ਹਫ਼ਤਾ ਜ਼ਿਆਦਾ ਅੱਛਾ ਨਹੀਂ ਹੈ। ਹੁਣ ਜੇ ਤੁਹਾਡੀ ਸਿਹਤ ਦੀ ਗੱਲ ਕਰੀਏ, ਤਾਂ ਰਿਸ਼ਭ ਰਾਸ਼ੀ ਵਾਲਿਆਂ ਨੂੰ ਕੰਨ ਦੇ ਨਾਲ ਸੰਬੰਧੀ ਕੋਈ ਇਸ਼ੂ ਇਸ ਹਫਤੇ ਹੋ ਸਕਦਾ ਹੈ, ਕੰਨ ਵਿੱਚ ਕੋਈ ਇਨਫੈਕਸ਼ਨ ਹੋ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਪ੍ਰੋਪਰਟੀ ਜੇ ਕੋਈ ਖਰੀਦ ਰਹੇ ਹੋ ਜਾਂ ਵੇਚ ਰਹੇ ਹੋ, ਉਸਦੇ ਵਿੱਚ ਵੀ ਇਸ ਹਫਤੇ ਲਾਭ ਬਣਦਾ ਨਜ਼ਰ ਆ ਰਿਹਾ ਹੈ। ਜੋ ਸਟੂਡੈਂਟਸ ਹਨ, ਰਿਸ਼ਭ ਰਾਸ਼ੀ ਵਾਲੇ ਜੋ ਸਟੂਡੈਂਟਸ ਹਨ, ਉਹਨਾਂ ਦੀ ਕਿਸੇ ਦੇ ਨਾਲ ਝੜਪ ਹੋ ਸਕਦੀ ਹੈ, ਝਗੜਾ ਹੋ ਸਕਦਾ ਹੈ, ਹੋ ਸਕਦਾ ਹੈ ਤੁਹਾਡੇ ਲਵ ਪਾਰਟਨਰ ਨਾਲ ਵੀ ਜਾਂ ਆਪਣੇ ਕਿਸੇ ਦੋਸਤ ਮਿੱਤਰ ਨਾਲ ਇਹ ਝਗੜਾ ਹੋ ਸਕਦਾ ਹੈ। ਇਸ ਦੇ ਨਾਲ ਨਾਲ ਜੋ ਛੋਟੇ ਬੱਚੇ ਹਨ, ਠੀਕ ਹੈ, ਜੋ ਛੋਟੀ ਸੰਤਾਨ ਹੈ, ਉਹਨਾਂ ਨੂੰ ਸਕਿਨ ਸੰਬੰਧੀ, ਤਵਚਾ ਸੰਬੰਧੀ ਕੋਈ ਪ੍ਰੋਬਲਮ ਇਸ ਹਫਤੇ ਆ ਸਕਦੀ ਹੈ। ਹੁਣ ਜੇ ਤੁਹਾਡੇ ਕਰੀਅਰ ਦੇ ਬਾਰੇ ਗੱਲ ਕਰੀਏ, ਤਾਂ ਮਾਲਬੇ ਯੋਗ ਦੇ ਕਾਰਨ ਤੁਹਾਨੂੰ ਬਹੁਤ ਹੀ ਜ਼ਬਰਦਸਤ ਇਸ ਹਫਤੇ ਲਾਭ ਹੋਣ ਵਾਲਾ ਹੈ। ਤੁਹਾਡੇ ਸੀਨੀਅਰ ਅਧਿਕਾਰੀ ਤੁਹਾਨੂੰ ਕੋਈ ਕੰਮ ਸੌਂਪ ਸਕਦੇ ਹਨ, ਨਵਾਂ ਕੰਮ, ਨਵੀਂ ਜ਼ਿੰਮੇਵਾਰੀ ਸੌਂਪ ਸਕਦੇ ਹਨ, ਤੁਹਾਡੇ ਕੰਮ ਦੀ ਤਾਰੀਫ ਕਰ ਸਕਦੇ ਹਨ। ਭਾਵੇਂ ਤੁਸੀਂ ਵਪਾਰ ਕਰਦੇ ਹੋ ਜਾਂ ਨੌਕਰੀ ਕਰਦੇ ਹੋ, ਅੱਛਾ ਖਾਸਾ ਤੁਹਾਨੂੰ ਧਨ ਲਾਭ ਹੋਏਗਾ, ਤੇ ਨਾਲ ਦੇ ਨਾਲ ਕੋਈ ਖੁਸ਼ਖਬਰੀ ਵੀ ਤੁਹਾਨੂੰ ਇਸ ਹਫਤੇ ਮਿਲ ਸਕਦੀ ਹੈ। ਲਵ ਰਿਲੇਸ਼ਨਸ਼ਿਪ ਦੀ ਗੱਲ ਕਰੀਏ, ਤਾਂ ਇਸ ਹਫਤੇ ਦੇਖੋ ਜੀ, ਤੁਹਾਡਾ ਜਿਹੜਾ ਪਾਰਟਨਰ ਹੈ ਨਾ, ਬਹੁਤ ਗੁੱਸੇ ਵਿੱਚ ਰਹਿਣ ਵਾਲਾ ਹੈ। ਕਦੀ ਉਹਨੂੰ ਪੇਟ ਦੀ ਸਮੱਸਿਆ ਜਾਂ ਫਿਰ ਉਹਨੂੰ ਕਦੀ ਐਲਰਜੀ ਦੀ ਸਮੱਸਿਆ ਜਾਂ ਹੱਥਾਂ ਪੈਰਾਂ 'ਤੇ ਕਈ ਛੋਟੀ ਮੋਟੀ ਚੋਟ ਵੀ, ਸੱਟ ਵੀ ਲੱਗ ਸਕਦੀ ਹੈ। ਜਾਂ ਫਿਰ ਇਸ ਤਰ੍ਹਾਂ ਕਹਿ ਸਕਦੇ ਹੋ ਕਿ ਇਸ ਹਫਤੇ ਤੁਹਾਡੀ ਪਾਰਟਨਰ ਨਾਲ ਅਣਬਣ ਰਹਿ ਸਕਦੀ ਹੈ, ਇਸ ਤਰ੍ਹਾਂ ਦੇ ਯੋਗ ਬਣਦੇ ਨਜ਼ਰ ਆ ਰਹੇ ਹਨ। ਤੁਹਾਡੇ ਵਾਸਤੇ ਹਫਤੇ ਦੀ ਸਲਾਹ ਹੈ, ਇੱਕ ਕਟੋਰੀ ਹਰੇ ਮੂੰਗ ਦਾਲ ਰਾਤੀ ਪੀਗੋ, ਕਿ ਅਗਲੇ ਦਿਨ ਉਹ ਜਿਹੜੀ ਫੁੱਲ ਜਾਂਦੀ ਹੈ ਦਾਲ, ਉਸਨੂੰ ਪਕਸ਼ੀਆਂ ਨੂੰ ਖਿਲਾਓ, ਤੁਹਾਡਾ ਹਫਤਾ ਹੋਰ ਵੀ ਸੁਪਰ ਅਤੇ ਪਾਵਰਫੁੱਲ ਜਾਏਗਾ ਜੀ।
ਹੁਣ ਆਪਾਂ ਗੱਲ ਕਰ ਲੈਂਦੇ ਹਾਂ ਜੈਮੀਨਾਈ ਯਾਨੀ ਕਿ ਮਿਥੁਨ ਰਾਸ਼ੀ ਵਾਲਿਆਂ ਦੀ। ਤਾਂ ਦੇਖੋ ਜੀ, ਇਸ ਹਫ਼ਤੇ ਮੰਗਲ ਜੋ ਹੈ ਨਾ ਤੁਹਾਡੇ ਲਗਨ ਵਿੱਚ ਬੈਠਾ ਹੈ, ਤਾਂ ਇਸ ਕਰਕੇ ਤੁਹਾਨੂੰ ਪੇਟ ਦੀ ਸਮੱਸਿਆ, ਹੱਥਾਂ ਪੈਰਾਂ ਵਿੱਚ ਦਰਦ ਤੇ ਐਲਰਜੀ ਦੀ ਸਮੱਸਿਆ ਰਹਿ ਸਕਦੀ ਹੈ। ਇਸ ਹਫ਼ਤੇ ਤੁਹਾਡਾ ਫੋਕਸ ਕਿੱਥੇ ਰਹੇਗਾ ਜੇ ਉਹਦੀ ਗੱਲ ਕਰੀਏ ਤਾਂ, ਤੁਸੀਂ ਆਪਣੇ ਪੁਰਾਣੇ ਰਿਲੇਸ਼ਨ ਨੂੰ ਠੀਕ ਕਰਨ ਦੇ ਵਿੱਚ ਰਹੋਗੇ, ਕਿਉਂਕਿ ਤੁਹਾਡਾ ਜਿਹੜਾ ਪੁਰਾਣਾ ਰਿਲੇਸ਼ਨ ਹੈ ਜਿਸ ਨੂੰ ਤੁਸੀਂ ਕਾਫੀ ਟਾਈਮ ਤੋਂ ਕੰਟੈਕਟ ਨਹੀਂ ਕੀਤਾ ਹੈ, ਤੁਸੀਂ ਉਸਨੂੰ ਉਹਨਾਂ ਨੂੰ ਫੋਨ ਕਰ ਸਕਦੇ ਹੋ, ਜਾਂ ਆਪਣੇ ਪੁਰਾਣੇ ਮਿੱਤਰਾਂ ਨੂੰ ਜਾਂ ਆਪਣੇ ਦੋਸਤਾਂ ਯਾਰਾਂ ਨਾਲ ਰਿਲੇਸ਼ਨ ਜੋ ਪੁਰਾਣਾ ਹੈ ਉਸ ਨੂੰ ਤੁਸੀਂ ਦੁਬਾਰਾ ਤੋਂ ਸ਼ੁਰੂ ਕਰਨ ਵਾਲੇ ਹੋ। ਧਨ ਦੀ ਸਥਿਤੀ ਦੀ ਮਿਥੁਨ ਰਾਸ਼ੀ ਵਾਲਿਆਂ ਦੀ ਗੱਲ ਕਰੀਏ ਤਾਂ ਇਸ ਹਫ਼ਤੇ ਤੁਹਾਡੀ ਧਨ ਦੀ ਸਥਿਤੀ ਮੱਧਮ ਰਹਿਣ ਵਾਲੀ ਹੈ। ਮਿਹਨਤ ਤੁਹਾਨੂੰ ਬਹੁਤ ਕਰਨੀ ਪੈਣੀ ਹੈ, ਪਰ ਖਰਚੇ ਵੀ ਤੁਹਾਡੇ ਬਹੁਤ ਜ਼ਿਆਦਾ ਹੋਣ ਵਾਲੇ ਹਨ। ਛੋਟੇ ਛੋਟੇ ਖਰਚੇ, ਤੁਹਾਨੂੰ ਪਤਾ ਹੀ ਨਹੀਂ ਚੱਲੇਗਾ ਕਿ ਕਦੋਂ ਤੁਹਾਡਾ ਬਜਟ ਗੜਬੜਾ ਜਾਏਗਾ। ਅਤੇ ਇਸ ਹਫ਼ਤੇ ਖਰਚੇ ਵੀ ਹਨ, ਛੋਟੇ ਛੋਟੇ ਹੀ ਖਰਚੇ ਹਨ, ਪਰ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਕਿਹਾ, ਛੋਟੇ ਕਰਦੇ ਹੀ ਤੁਹਾਨੂੰ ਲਾਸਟ ਵਿੱਚ ਲੱਗੇਗਾ ਕਿ ਪੈਸਾ ਤਾਂ ਖਤਮ ਹੋ ਗਿਆ, ਪਰ ਮਿਹਨਤ ਵੀ ਕਰਨੀ ਪਏਗੀ ਅਤੇ ਖਰਚਿਆਂ 'ਤੇ ਕੰਟਰੋਲ ਵੀ ਇਸ ਹਫ਼ਤੇ ਤੁਹਾਨੂੰ ਕਰਨਾ ਪਏਗਾ। ਕਿਧਰੇ ਨਾ ਕਿਧਰੇ ਸ਼ੁਕਰ ਤੇ ਕੇਤੂ ਦੀ ਯੁਤੀ ਦੇ ਕਾਰਨ ਤੁਹਾਨੂੰ ਇੱਕ ਲਾਭ ਤੇ ਇੱਕ ਨੁਕਸਾਨ ਹੋ ਸਕਦਾ ਹੈ। ਲਾਭ ਦੀ ਗੱਲ ਜੇਕਰ ਪਹਿਲੇ ਕਰੀਏ ਤਾਂ ਤੁਹਾਡੇ ਪਰਿਵਾਰਿਕ ਜੋ ਫੈਮਿਲੀ ਹੈ, ਹੈ ਨਾ, ਫੈਮਿਲੀ ਵਿੱਚ ਕੋਈ ਮੰਗਲਿਕ ਕੰਮ ਹੋ ਸਕਦਾ ਹੈ, ਕੋਈ ਸ਼ੁਭ ਕੰਮ ਹੋ ਸਕਦਾ ਹੈ, ਮਿਠਾਈ ਵੰਡੀ ਜਾ ਸਕਦੀ ਹੈ, ਜਾਂ ਕੋਈ ਤੁਹਾਡੇ ਪਰਿਵਾਰ ਦਾ ਹੀ ਕੋਈ ਮੈਂਬਰ ਤੁਹਾਨੂੰ ਕੋਈ ਖੁਸ਼ਖਬਰੀ ਦਿਲਾ ਸਕਦਾ ਹੈ, ਕੋਈ ਵੀ ਕੰਮ ਹੋ ਸਕਦਾ ਹੈ, ਚੰਗਾ ਸ਼ੁਭ ਕੰਮ ਹੋ ਸਕਦਾ ਜਿਸ ਦੇ ਨਾਲ ਤੁਸੀਂ ਖੁਸ਼ ਹੋਣ ਵਾਲੇ ਹੋ। ਦੂਸਰਾ, ਕੇਤੂ ਵੀ ਇੱਥੇ ਹੈਗਾ ਹੈ, ਇਹ ਸਾਨੂੰ ਨਹੀਂ ਭੁੱਲਣਾ ਚਾਹੀਦਾ। ਤੁਹਾਡੇ ਘਰ ਦਾ ਇਲੈਕਟ੍ਰੋਨਿਕ ਚੀਜ਼ਾਂ ਖਰਾਬ ਹੋਣ ਵਾਲੀਆਂ ਹਨ, ਇਹ ਤੁਹਾਨੂੰ ਧਿਆਨ ਰੱਖਣਾ ਹੈ। ਹੁਣ ਜੇ ਤੁਹਾਡੇ ਕਰੀਅਰ ਦੀ ਗੱਲ ਕਰੀਏ ਤਾਂ ਇਸ ਹਫ਼ਤੇ ਦੇਖੋ, ਤੁਹਾਡਾ ਆਪਣੇ ਉੱਤੇ ਖਰਚਾ ਹੋ ਸਕਦਾ ਹੈ, ਤੁਹਾਨੂੰ ਟਰੈਵਲਿੰਗ ਜ਼ਿਆਦਾ ਕਰਨੀ ਪੈ ਸਕਦੀ ਹੈ, ਜੋ ਨੌਕਰੀ ਕਰਦੇ ਹਨ ਉਹਨਾਂ ਨੂੰ ਟਰੈਵਲਿੰਗ ਜ਼ਿਆਦਾ ਕਰਨੀ ਪੈ ਸਕਦੀ ਹੈ। ਆਪਣੇ ਆਪ ਨੂੰ ਅਪ ਟੂ ਡੇਟ ਕਰਨ ਵਾਸਤੇ, ਮਤਲਬ ਕੁਛ ਨੌਲੇਜ ਗੇਨ ਕਰਨ ਵਾਸਤੇ ਤੁਹਾਨੂੰ ਆਪਣੇ ਉੱਤੇ ਕੋਈ ਖਰਚਾ ਕਰਨਾ ਪੈ ਸਕਦਾ ਹੈ। ਨਾਲ ਦੇ ਨਾਲ ਕਿਸੇ ਚੀਜ਼ ਦੀ ਤੁਸੀਂ ਮਾਰਕੀਟਿੰਗ ਕਰਦੇ ਹੋ ਤਾਂ ਉਹਦੇ 'ਤੇ ਤੁਹਾਨੂੰ ਖਰਚਾ ਕਰਨਾ ਪੈ ਸਕਦਾ ਹੈ। ਹਫ਼ਤੇ ਦੇ ਅਖੀਰ ਵਿੱਚ ਆਪਣੇ ਕਿਸੇ ਮਿੱਤਰ ਨੂੰ ਦੇਖਣ ਵਾਸਤੇ ਤੁਹਾਨੂੰ ਹਸਪਤਾਲ ਵੀ ਜਾਣਾ ਪੈ ਸਕਦਾ ਹੈ। ਲਵ ਰਿਲੇਸ਼ਨਸ਼ਿਪ ਦੀ ਗੱਲ ਕਰੀਏ ਤਾਂ ਭਾਵੇਂ ਤੁਸੀਂ ਲਵ ਪਾਰਟਨਰ ਹੋ ਜਾਂ ਲਾਈਫ ਪਾਰਟਨਰ ਹੋ, ਹਸਬੈਂਡ ਵਾਈਫ ਹੋ ਜਾਂ ਪ੍ਰੇਮੀ ਪ੍ਰੇਮਿਕਾ ਹੋ, ਤਾਂ ਇਹ ਹਫ਼ਤਾ ਤੁਹਾਡਾ ਅੱਛਾ ਰਹਿਣ ਵਾਲਾ ਹੈ। ਆਪਣੇ ਪਾਰਟਨਰ ਦੇ ਨਾਲ ਤੁਸੀਂ ਕਿਸੇ ਤੀਰਥ ਯਾਤਰਾ ਤੇ ਜਾਂ ਕਿਸੇ ਮੰਦਿਰ ਦੇ ਦਰਸ਼ਨ ਵਾਸਤੇ ਜਾਂ ਕਿਸੇ ਗੁਰੂ ਨੂੰ ਮਿਲਣ ਵਾਸਤੇ ਉਹਨਾਂ ਦੇ ਆਸ਼ਰਮ ਵਿੱਚ ਜਾ ਸਕਦੇ ਹੋ। ਤੁਹਾਡੇ ਪਾਰਟਨਰ ਨੂੰ ਕਰੀਅਰ ਸੰਬੰਧੀ ਕੋਈ ਗੁੱਡ ਨਿਊਜ਼ ਵੀ ਮਿਲ ਸਕਦੀ ਹੈ। ਤੁਹਾਡੇ ਵਾਸਤੇ ਹਫ਼ਤੇ ਦਾ ਉਪਾਅ ਹੈ, ਇੱਕ ਪਾਣੀ ਦਾ ਗਿਲਾਸ ਰੋਜ਼ ਰਾਤ ਨੂੰ ਆਪਣੇ ਸਰਾਣੇ ਦੇ ਕੋਲ ਰੱਖ ਕੇ ਸੋਵੋ ਤੇ ਉਸ ਪਾਣੀ ਨੂੰ ਸਵੇਰੇ ਆਪਣੇ ਘਰ ਦੇ ਗਮਲੇ ਵਿੱਚ ਪਾ ਦੇਵੋ। ਇਸ ਦੇ ਨਾਲ ਤੁਹਾਡੀਆਂ ਸਾਰੀਆਂ ਨੈਗੇਟਿਵਿਟੀ ਪੋਜ਼ਿਟਿਵਿਟੀ ਵਿੱਚ ਬਦਲਣੀਆਂ ਤੇ ਤੁਹਾਡਾ ਜੋ ਹਫ਼ਤਾ ਹੈ ਵੈਰੀ ਸੁਪਰਫੁੱਲ ਪਾਵਰਫੁੱਲ ਵੰਡਰਫੁੱਲ ਜਾਏਗਾ ਜੀ। ਹੁਣ ਆਪਾਂ ਗੱਲ ਕਰ ਲੈਂਦੇ ਹਾਂ ਕੈਂਸਰ ਯਾਨੀ ਕਿ ਕਰਕ ਰਾਸ਼ੀ ਵਾਲਿਆਂ ਦੀ। ਤਾਂ ਦੇਖੋ ਜੀ, ਤੁਹਾਡਾ ਹਫ਼ਤੇ ਦੀ ਸ਼ੁਰੂਆਤ ਵਿੱਚ ਨਾ ਤੁਸੀਂ ਬੜੀਆਂ ਚੀਜ਼ਾਂ ਇਸ ਹਫ਼ਤੇ ਭੁੱਲਣ ਵਾਲੇ ਹੋ, ਕਿਸੇ ਨੂੰ ਪ੍ਰੋਮਿਸ ਕਰਕੇ, ਕਿਸੇ ਨੂੰ ਵਾਅਦਾ ਕਰਕੇ ਭੁੱਲਣ ਵਾਲੇ ਹੋ। ਭਾਵੇਂ ਆਪਣੇ ਫੈਮਿਲੀ ਦੇ ਕਿਸੇ ਮੈਂਬਰ ਨੂੰ ਵਾਅਦਾ ਕਰੋ ਜਾਂ ਆਪਣੇ ਦੋਸਤ ਮਿੱਤਰ ਨੂੰ, ਬੜੀਆਂ ਸਾਰੀਆਂ ਚੀਜ਼ਾਂ ਤੁਸੀਂ ਇਸ ਹਫ਼ਤੇ ਭੁੱਲਣ ਵਾਲੇ ਹੋ। ਇਸ ਹਫ਼ਤੇ ਤੁਹਾਡਾ ਫੋਕਸ ਪੂਰੇ ਹਫ਼ਤੇ ਕਿਸ ਤਰ੍ਹਾਂ ਪੈਸਿਆਂ ਨੂੰ ਵਧਾਇਆ ਜਾਵੇ, ਕਿਸ ਤਰ੍ਹਾਂ ਪੈਸਿਆਂ ਨੂੰ ਡਬਲ ਕੀਤਾ ਜਾਏ, ਕਿਸ ਤਰ੍ਹਾਂ ਪੈਸਿਆਂ ਦੀ ਸਮੱਸਿਆ ਨੂੰ ਦੂਰ ਕੀਤਾ ਜਾਵੇ, ਇਸ ਦੇ ਉੱਤੇ ਤੁਹਾਡਾ ਪੂਰੇ ਹਫ਼ਤੇ ਫੋਕਸ ਰਹੇਗਾ। ਨਾਲ ਦੇ ਨਾਲ ਜੇਕਰ ਅਸੀਂ ਕਰਕ ਰਾਸ਼ੀ ਵਾਲਿਆਂ ਦੀ ਧਨ ਦੀ ਸਥਿਤੀ ਦੀ ਗੱਲ ਕਰੀਏ ਤਾਂ ਧਨ ਦੀ ਸਥਿਤੀ ਕਰਕ ਰਾਸ਼ੀ ਵਾਲਿਆਂ ਦੀ ਬਹੁਤ 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 ਅੱਛੀ ਹੈ ਇਸ ਹਫ਼ਤੇ, ਕਿਉਂਕਿ ਸੂਰਜ ਤੇ ਚੰਦਰਮਾ ਦੋਨੋਂ ਹੀ ਤੁਹਾਡੇ ਧਨ ਭਾਵ ਵਿੱਚ ਬੈਠੇ ਹਨ।
ਪਹਿਲਾਂ ਤਾਂ ਦੇਖੋ ਕੋਈ ਤੁਹਾਨੂੰ ਸਰਕਾਰੀ ਯੋਜਨਾ ਤੋਂ ਤੁਹਾਨੂੰ ਧਨ ਲਾਭ ਹੋ ਸਕਦਾ ਹੈ ਜਾਂ ਫਿਰ ਤੁਹਾਡਾ ਕੋਈ ਸਰਕਾਰੀ ਕੰਮ ਕਾਫੀ ਟਾਈਮ ਤੋਂ ਰੁਕਿਆ ਹੋਇਆ ਹੈ ਉਹ ਪੂਰਾ ਹੋਣ ਦਾ ਨਜ਼ਰ ਆ ਰਿਹਾ ਹੈ ਜਾਂ ਫਿਰ ਤੁਸੀਂ ਕੋਈ ਮਾਰਕੀਟਿੰਗ ਕਰਦੇ ਹੋ ਸੇਲ ਕਰਦੇ ਹੋ ਤਾਂ ਤੁਹਾਡੀ ਇਸ ਹਫਤੇ ਬਹੁਤ ਹੀ ਜ਼ਿਆਦਾ ਅੱਛੀ ਸੇਲ ਹੋਣ ਵਾਲੀ ਹੈ ਇਨ ਸ਼ੋਰਟ ਜੇ ਮੈਂ ਕਹਾਂ ਤਾਂ ਕਿਧਰੇ ਨਾ ਕਿਧਰੇ ਤੁਹਾਨੂੰ ਸੂਰਜ ਤੇ ਚੰਦਰਮਾ ਬਹੁਤ ਜ਼ਿਆਦਾ ਧਨ ਦੇਣ ਵਾਲੇ ਹਨ ਇਸ ਹਫਤੇ ਤੁਹਾਡੀ ਸਿਹਤ ਦੀ ਗੱਲ ਕਰ ਲੈਂਦੇ ਹਾਂ ਤਾਂ ਦੇਖੋ ਜੀ ਇਸ ਹਫਤੇ ਤੁਹਾਨੂੰ ਸਕਿਨ ਦੀ ਐਲਰਜੀ ਦੀ ਸਮੱਸਿਆ ਇਨਫੈਕਸ਼ਨ ਦੀ ਸਮੱਸਿਆ ਇਸ ਹਫਤੇ ਰਹਿ ਸਕਦੀ ਹੈ ਇਸ ਤਰ੍ਹਾਂ ਦੇ ਯੋਗ ਬਣਦੇ ਨਜ਼ਰ ਆ ਰਹੇ ਹਨ ਤੁਹਾਡੇ ਕਰੀਅਰ ਦੀ ਗੱਲ ਕਰੀਏ ਤਾਂ ਇਸ ਹਫਤੇ ਤੁਹਾਨੂੰ ਮਿਹਨਤ ਕਰਨੀ ਪਏਗੀ ਤੁਹਾਨੂੰ ਕੋਈ ਨਵੀਂ ਜ਼ਿੰਮੇਵਾਰੀ ਮਿਲ ਸਕਦੀ ਹੈ ਨਵੇਂ ਕੰਮ ਦਾ ਕੋਈ ਪ੍ਰੋਜੈਕਟ ਮਿਲ ਸਕਦਾ ਹੈ ਕੰਮ ਦੇ ਸਿਲਸਿਲੇ ਵਿੱਚ ਤੁਹਾਨੂੰ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਵਿੱਚ ਭੇਜਿਆ ਜਾ ਸਕਦਾ ਹੈ ਤੁਹਾਡੇ ਜੋ ਸੀਨੀਅਰ ਅਧਿਕਾਰੀ ਹਨ ਤੁਹਾਡੇ ਉੱਤੇ ਵਿਸ਼ਵਾਸ ਕਰਨਗੇ ਜਿਸ ਦੇ ਨਾਲ ਤੁਹਾਡਾ ਪਦ ਪ੍ਰਮੋਸ਼ਨ ਵੀ ਹੋ ਸਕਦਾ ਹੈ ਤੇ ਜੋ ਲੋਕ ਵਪਾਰੀ ਹਨ ਤਾਂ ਉਹਨਾਂ ਬਾਰੇ ਵੀ ਦੱਸ ਦਿੰਦੀ ਹਾਂ ਕਿ ਇਸ ਹਫਤੇ ਤੁਹਾਡੇ ਵਪਾਰ ਵਿੱਚ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ ਪਰ ਇੱਕ ਗੱਲ ਦਾ ਤੁਹਾਨੂੰ ਧਿਆਨ ਰੱਖਣਾ ਹੈ ਕਿ ਤੁਹਾਡੇ ਜਿਹੜੇ ਕਰਮਚਾਰੀ ਹਨ ਜੋ ਤੁਹਾਡੇ ਅੰਡਰ ਕੰਮ ਕਰਦੇ ਹਨ ਉਹਨਾਂ ਦੀ ਮਿਸਮੈਨੇਜਮੈਂਟ ਦੇ ਕਾਰਨ ਤੁਹਾਡਾ ਉਹਨਾਂ ਦੇ ਨਾਲ ਵਾਦ ਵਿਵਾਦ ਜਾਂ ਲੜਾਈ ਝਗੜਾ ਹੋ ਸਕਦਾ ਹੈ ਇਸ ਗੱਲ ਦਾ ਤੁਹਾਨੂੰ ਧਿਆਨ ਰੱਖਣਾ ਹੈ ਲਵ ਰਿਲੇਸ਼ਨਸ਼ਿਪ ਦੀ ਗੱਲ ਕਰੀਏ ਤਾਂ ਇਹ ਹਫਤਾ ਤੁਹਾਡਾ ਨਾਰਮਲ ਰਹੇਗਾ ਤੁਸੀਂ ਆਪਣੇ ਕੰਮ ਵਿੱਚ ਬਿਜ਼ੀ ਤੁਹਾਡਾ ਪਾਰਟਨਰ ਆਪਣੇ ਕੰਮ ਵਿੱਚ ਬਿਜ਼ੀ ਰਹੇਗਾ ਹਫਤੇ ਦੇ ਆਖਿਰ ਵਿੱਚ ਵੀਕਐਂਡ ਵਿੱਚ ਤੁਸੀਂ ਆਪਣੇ ਪਾਰਟਨਰ ਨਾਲ ਜਾਂ ਆਪਣੇ ਦੋਸਤ ਮਿੱਤਰਾਂ ਨਾਲ ਕਿਸੇ ਹੋਟਲ ਵਿੱਚ ਜਾ ਸਕਦੇ ਹੋ ਪੂਰਾ ਹਫਤਾ ਤੁਸੀਂ ਇਹ ਨੋਟਿਸ ਕਰੋਗੇ ਕਿ ਤੁਹਾਡਾ ਪਾਰਟਨਰ ਹੱਥਾਂ ਪੈਰਾਂ ਵਿੱਚ ਦਰਦ ਹੈ ਇਸ ਤਰ੍ਹਾਂ ਦੀ ਸ਼ਿਕਾਇਤ ਕਰਦਾ ਨਜ਼ਰ ਆਏਗਾ ਤੁਹਾਡੇ ਵਾਸਤੇ ਹਫਤੇ ਦੀ ਸਲਾਹ ਹੈ ਹਫਤੇ ਦੇ ਕਿਸੇ ਵੀ ਦਿਨ 800 ਗ੍ਰਾਮ ਹਰੇ ਮੂੰਗ ਦਾਲ ਕਿਸੇ ਵੀ ਧਾਰਮਿਕ ਸਥਾਨ ਤੇ ਚੜਾ ਕੇ ਆਓ ਤਾਂ ਤੁਹਾਡਾ ਹਫਤਾ ਹੋਰ ਵੀ ਸੁਪਰ ਪਾਵਰਫੁਲ ਜਾਏਗਾ ਜੀ ਆਪਾਂ ਗੱਲ ਕਰ ਲੈਂਦੇ ਹਾਂ ਲੀਓ ਯਾਨੀ ਕਿ ਸਿੰਘ ਰਾਸ਼ੀ ਵਾਲਿਆਂ ਦੀ ਤਾਂ ਦੇਖੋ ਜੀ ਸਿੰਘ ਰਾਸ਼ੀ ਵਾਲੇ ਧਿਆਨ ਨਾਲ ਸੁਣ ਲਓ ਕਿ ਸੂਰਜ ਤੇ ਚੰਦਰਮਾ ਤੁਹਾਡੀ ਰਾਸ਼ੀ ਵਿੱਚ ਹੀ ਬੈਠੇ ਹਨ ਤਾਂ ਕਿਧਰੇ ਨਾ ਕਿਧਰੇ ਇਸ ਹਫਤੇ ਤੁਹਾਡੀ ਬਹੁਤ ਜ਼ਿਆਦਾ ਤਾਰੀਫ ਹੋਣ ਵਾਲੀ ਹੈ ਫੈਮਿਲੀ ਵਾਲਿਆਂ ਵੱਲੋਂ ਦੋਸਤ ਮਿੱਤਰਾਂ ਵੱਲੋਂ ਜਾਂ ਆਫਿਸ ਵਿੱਚ ਤੁਹਾਡੇ ਸੀਨੀਅਰ ਅਧਿਕਾਰੀ ਤੁਹਾਡੀ ਬਹੁਤ ਤਾਰੀਫ ਕਰਨ ਵਾਲੇ ਹਨ ਕਿਸੇ ਫੰਕਸ਼ਨ ਵਿੱਚ ਤੁਹਾਨੂੰ ਕੋਈ ਅਵਾਰਡ ਵੀ ਮਿਲ ਸਕਦਾ ਹੈ ਹੁਣ ਜੇ ਤੁਹਾਡੀ ਧਨ ਦੀ ਸਥਿਤੀ ਦੀ ਗੱਲ ਕਰੀਏ ਤਾਂ ਸ਼ੁਕਰ ਤੇ ਕੇਤੂ ਦੋਨੋਂ ਹੀ ਤੁਹਾਡੇ ਧਨ ਲਾਭ ਵਿੱਚ ਬੈਠੇ ਹਨ ਤਾਂ ਇੱਕ ਅੱਛੀ ਗੱਲ ਹੈ ਤੇ ਇੱਕ ਥੋੜੀ ਜਿਹੀ ਮਾੜੀ ਗੱਲ ਹੈ ਪਹਿਲੇ ਅੱਛੀ ਗੱਲ ਦੱਸ ਦਿੰਦੀ ਹਾਂ ਇਸ ਹਫਤੇ ਤੁਹਾਨੂੰ ਦੇਖੋ ਧਨ ਦੀ ਸਥਿਤੀ 2 ਸਤੰਬਰ ਤੋਂ ਲੈ ਕੇ 8 ਸਤੰਬਰ ਤੱਕ ਤੁਹਾਡੀ ਧਨ ਦੀ ਸਥਿਤੀ ਬਹੁਤ ਅੱਛੀ ਹੈ ਕੋਈ ਐਕਸਟਰਾ ਇਨਕਮ ਦੇ ਯੋਗ ਬਣਦੇ ਨਜ਼ਰ ਆ ਰਹੇ ਹਨ ਕੋਈ ਐਸਾ ਇਨਸਾਨ ਆਏਗਾ ਜੋ ਤੁਹਾਨੂੰ ਕੋਈ ਅੱਛਾ ਆਫਰ ਦੇ ਸਕਦਾ ਹੈ ਪਰ ਧਿਆਨ ਤੁਸੀਂ ਕਿਸ ਗੱਲ ਦਾ ਰੱਖਣਾ ਹੈ ਕਿ ਉਸਦੀ ਜੋ ਉਹਦਾ ਕਨਸੈਪਟ ਰਹੇਗਾ ਤੁਸੀਂ ਉਸਨੂੰ ਧਿਆਨ ਨਾਲ ਸੁਣਨਾ ਹੈ ਜਲਦਬਾਜ਼ੀ ਵਿੱਚ ਹਾਂ ਨਹੀਂ ਕਰਨੀ ਹੈ ਪਰ ਧਿਆਨ ਨਾਲ ਸੁਣਨ ਤੋਂ ਬਾਅਦ ਜਿਹੜਾ ਤੁਹਾਨੂੰ ਆਫਰ ਆਏਗਾ ਉਹ ਤੁਸੀਂ ਜੇ ਤੁਹਾਨੂੰ ਸਹੀ ਲੱਗਦਾ ਹੈ ਤਾਂ ਹਾਂ ਕਰੋਗੇ ਤਾਂ ਤੁਹਾਨੂੰ ਉਸ ਦੇ ਨਾਲ ਬਹੁਤ ਹੀ ਅੱਛਾ ਖਾਸਾ ਧਨ ਲਾਭ ਹੋ ਸਕਦਾ ਹੈ ਹੁਣ ਜਿਸ ਤਰ੍ਹਾਂ ਕਿ ਮੈਂ ਕਿਹਾ ਸੀ ਇੱਕ ਥੋੜਾ ਜਿਹਾ ਨੁਕਸਾਨ ਵੀ ਹੈ ਕਿਉਂਕਿ ਕੇਤੂ ਦੀ ਵਜ੍ਹਾ ਦੇ ਨਾਲ ਤੁਹਾਡਾ ਗੱਡੀ ਦੇ ਉੱਤੇ ਜਾਂ ਕੋਈ ਇਲੈਕਟ੍ਰੋਨਿਕ ਆਈਟਮ ਦੇ ਉੱਤੇ ਖਰਚਾ ਵੀ ਹੋ ਸਕਦਾ ਹੈ ਫਿਰ ਵੀ ਪੂਰਾ ਹਫਤਾ ਦੇਖਿਆ ਜਾਵੇ ਤਾਂ ਧਨ ਦੀ ਸਥਿਤੀ ਦੇ ਲਈ ਬਹੁਤ ਬਹੁਤ ਅੱਛਾ ਹੈ ਕਰੀਅਰ ਦੀ ਗੱਲ ਕਰੀਏ ਤਾਂ ਕਰੀਅਰ ਦੇ ਵਿੱਚ ਵੀ ਤੁਹਾਡਾ ਇਹ ਹਫਤਾ ਬਹੁਤ ਅੱਛਾ ਹੈ ਤੁਹਾਨੂੰ ਅੱਛੀ ਸੇਲ ਮਿਲ ਸਕਦੀ ਹੈ ਅੱਛੇ ਆਰਡਰ ਮਿਲ ਸਕਦੇ ਹਨ ਪਰ ਥੋੜ੍ਹਾ ਜਿਹਾ ਜੋ ਕਰਮਚਾਰੀ ਹਨ ਤੁਹਾਡੇ ਉਹਨਾਂ ਦੀ ਮਿਸਮੈਨੇਜਮੈਂਟ ਦੇ ਕਾਰਨ ਤੁਹਾਡੇ ਜਿਹੜੇ ਆਰਡਰ ਹਨ ਜਿਸ ਤਰ੍ਹਾਂ ਕਿ ਸਮਝ ਲਓ ਫੋਰ ਐਗਜ਼ਾਮਪਲ ਤੁਹਾਨੂੰ 10 ਆਰਡਰ ਤੁਹਾਡੇ ਆਉਂਦੇ ਹਨ
ਪਰ ਉਹਦੇ ਵਿੱਚੋਂ ਤੁਹਾਨੂੰ 7 ਹੀ ਮਿਲਣਗੇ, ਕਿਉਂਕਿ 3 ਜਿਹੜੇ ਆਰਡਰ ਹਨ ਤੁਹਾਡੇ ਕਰਮਚਾਰੀਆਂ ਦੀ ਮਿਸਮੈਨੇਜਮੈਂਟ ਦੇ ਕਾਰਨ ਤੁਹਾਡੇ ਹੱਥੋਂ ਜਾ ਸਕਦੇ ਹਨ, ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ। ਸ਼ੁਰੂਆਤ ਜੋ ਹੈ ਨਾ ਤੁਹਾਡੇ ਹਫਤੇ ਦੀ ਅੱਛੀ ਰਹੇਗੀ, ਪਰ ਜਿਹੜੇ ਤੁਹਾਡੇ ਕਰਮਚਾਰੀ ਹਨ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ, ਉਹ ਇਸ ਹਫਤੇ ਤੁਹਾਨੂੰ ਥੋੜਾ ਪਰੇਸ਼ਾਨ ਕਰ ਸਕਦੇ ਹਨ, ਤੁਹਾਡੇ ਤੇ ਥੋੜੀ ਛਿੰਟਾਕਸ਼ੀ ਕਰ ਸਕਦੇ ਹਨ, ਤਾਨੇ ਦੇ ਸਕਦੇ ਹਨ, ਥੋੜੀ ਵਿਅੰਗਾਤਮਕ ਜੋ ਕਿਹਾ ਜਾ ਸਕਦਾ ਹੈ ਟਾਊਂਟਿੰਗ ਕਰ ਸਕਦੇ ਹਨ, ਜਿਸ ਦੇ ਨਾਲ ਤੁਸੀਂ ਥੋੜਾ ਪਰੇਸ਼ਾਨ ਰਹਿਣ ਵਾਲੇ ਹੋ। ਗੱਲ ਕਰ ਲੈਂਦੇ ਹਾਂ ਲਵ ਰਿਲੇਸ਼ਨਸ਼ਿਪ ਦੀ, ਤਾਂ ਜੋ ਲੋਕ ਹਸਬੈਂਡ ਵਾਈਫ ਹਨ ਜਾਂ ਫਿਰ ਪ੍ਰੇਮੀ ਪ੍ਰੇਮਿਕਾ ਹਨ, ਤਾਂ ਦੇਖੋ ਜੀ ਤੁਹਾਡੇ ਪਾਰਟਨਰ ਦਾ ਆਪਣੇ ਮਾਤਾ ਪਿਤਾ ਨਾਲ ਕੋਈ ਵਾਦ ਵਿਵਾਦ ਹੋ ਸਕਦਾ ਹੈ, ਜਾਂ ਤੁਹਾਡੇ ਸੱਸ ਸਹੁਰੇ ਮਤਲਬ ਉਹਨਾਂ ਦੇ ਸੱਸ ਸਹੁਰਿਆਂ ਦੇ ਨਾਲ ਕੋਈ ਜ਼ਬਰਦਸਤ ਕਿਸੇ ਚੀਜ਼ ਨੂੰ ਲੈ ਕੇ ਵਾਦ ਵਿਵਾਦ ਲੜਾਈ ਝਗੜਾ ਹੋ ਸਕਦਾ ਹੈ, ਤੇ ਪੂਰਾ ਹਫਤਾ ਤੁਸੀਂ ਇਹਨਾਂ ਵਿੱਚ ਚੱਕੀ ਵਿੱਚ ਪਿਸਦੇ ਨਜ਼ਰ ਆਓਗੇ, ਆਪਣੇ ਮਾਤਾ ਪਿਤਾ ਸੱਸ ਸਹੁਰੇ ਤੇ ਆਪਣੇ ਪਾਰਟਨਰ ਦੇ ਵਿੱਚ। ਹਾਂ, ਹਫਤੇ ਦੇ ਆਖਿਰ ਵਿੱਚ ਕੋਈ ਐਸਾ ਤੁਹਾਡਾ, ਕਿਉਂਕਿ 2 ਨੰਬਰ ਦਾ ਕੋਈ ਐਸਾ ਤੁਹਾਨੂੰ ਆਫਰ ਆ ਸਕਦਾ ਹੈ, ਜੇ ਤੁਸੀਂ ਉਹਦੇ ਵਿੱਚ ਐਫਰਟਸ ਲਗਾਓਗੇ, ਕੋਸ਼ਿਸ਼ ਕਰੋਗੇ, ਤਾਂ ਤੁਹਾਨੂੰ ਅੱਛਾ ਖਾਸਾ ਧਨ ਲਾਭ ਵੀ ਹੋ ਸਕਦਾ ਹੈ। ਤੁਹਾਡੇ ਵਾਸਤੇ ਹਫਤੇ ਦੀ ਸਲਾਹ ਹੈ, ਹਫਤੇ ਵਿੱਚ 1 ਦਿਨ ਕਿਸੇ ਵੀ ਗਰੀਬ ਬੰਦੇ ਨੂੰ, ਜੋ ਨੀਡੀ ਹੈ, ਜੋ ਭੁੱਖਾ ਹੈ, ਉਸ ਨੂੰ ਅੱਛੀ ਤਰ੍ਹਾਂ ਭੋਜਨ ਖਿਲਾਓ, ਬੱਚਿਆਂ ਖੁੱਚਿਆਂ ਨਹੀਂ, ਅੱਛੀ ਤਰ੍ਹਾਂ ਜੋ ਅਸੀਂ ਘਰ ਵਿੱਚ ਰੋਟੀ ਖਾਂਦੇ ਹਾਂ ਪੂਰਾ, ਉਸ ਤਰ੍ਹਾਂ ਉਸਨੂੰ ਰੋਟੀ ਖਿਲਾਓ, ਤਾਂ ਤੁਹਾਡਾ ਆਉਣ ਵਾਲੀਆਂ ਵੀ ਜਿਹੜਾ ਫਿਊਚਰ ਹੈ ਉਹ ਵੀ ਹੋਰ ਸੁਪਰਬ ਤੇ ਪਾਵਰਫੁਲ ਹੋ ਜਾਏਗਾ ਜੀ। ਹੁਣ ਆਪਾਂ ਗੱਲ ਕਰ ਲੈਂਦੇ ਹਾਂ ਵੀਰਗੋ ਯਾਨੀ ਕਿ ਕੰਨਿਆ ਰਾਸ਼ੀ ਵਾਲਿਆਂ ਦੀ, ਤਾਂ ਦੇਖੋ ਜੀ ਕੰਨਿਆ ਰਾਸ਼ੀ ਵਾਲਿਆਂ ਦਾ ਸ਼ੁਕਰ ਤੇ ਕੇਤੂ ਉਹਨਾਂ ਦੀ ਰਾਸ਼ੀ ਵਿੱਚ ਵਿਰਾਜਮਾਨ ਹਨ ਤੇ ਮਲਬੇ ਯੋਗ ਬਣਾ ਰਹੇ ਹਨ, ਉਸ ਦੇ ਕਾਰਨ ਕੈਰੀਅਰ ਵਿੱਚ ਤੁਹਾਨੂੰ ਕੋਈ ਖੁਸ਼ਖਬਰੀ ਜਾਂ ਪਰਸਨਲ ਲਾਈਫ ਵਿੱਚ ਕੋਈ ਖੁਸ਼ਖਬਰੀ ਜਾਂ ਫੈਮਿਲੀ ਸੰਬੰਧਿਤ ਕੋਈ ਖੁਸ਼ਖਬਰੀ, ਮਤਲਬ ਤੁਸੀਂ ਇੰਨਾ ਕਹਿ ਲਓ ਕਿ ਮਲਬੇ ਯੋਗ ਤੁਹਾਨੂੰ ਕੋਈ ਨਾ ਕੋਈ ਖੁਸ਼ਖਬਰੀ 2 ਸਤੰਬਰ ਤੋਂ ਲੈ ਕੇ 8 ਸਤੰਬਰ ਦੇ ਵਿੱਚ ਤੁਹਾਨੂੰ ਸੁਣਨ ਨੂੰ ਮਿਲ ਸਕਦੀ ਹੈ। ਪਰ ਕੇਤੂ ਵੀ ਇੱਥੇ ਵਿਰਾਜਮਾਨ ਹੈ, ਇਸ ਕਰਕੇ ਇਸ ਹਫਤੇ ਤੁਹਾਡੇ ਬੈਕ ਪੇਨ, ਪਿੱਠ ਵਿੱਚ ਦਰਦ ਰਹਿ ਸਕਦਾ ਹੈ, ਸਪੋਂਡਲਾਈਟਿਸ ਜਾਂ ਸਰਵਾਈਕਲ ਦਾ ਦਰਦ ਵੀ ਤੁਹਾਨੂੰ ਇਸ ਹਫਤੇ ਰਹਿ ਸਕਦਾ ਹੈ। ਇਸ ਹਫਤੇ ਜੋ ਤੁਹਾਡਾ ਫੋਕਸ ਰਹੇਗਾ ਕਿ ਕਿਸ ਤਰ੍ਹਾਂ ਕਰਜ਼ੇ ਨੂੰ ਘੱਟ ਕੀਤਾ ਜਾਏ, ਕਿਸ ਤਰ੍ਹਾਂ ਖਰਚਿਆਂ ਨੂੰ ਘੱਟ ਕੀਤਾ ਜਾਏ, ਖਰਚਿਆਂ ਤੇ ਕੰਟਰੋਲ ਕੀਤਾ ਜਾਏ, ਇਸ ਦੇ ਉੱਪਰ ਤੁਹਾਡਾ ਪੂਰਾ ਹਫਤਾ ਫੋਕਸ ਰਹਿਣ ਵਾਲਾ ਹੈ। ਹੁਣ ਜੇ ਤੁਹਾਡੀ ਧਨ ਦੀ ਸਥਿਤੀ ਦੀ ਗੱਲ ਕਰੀਏ, ਤਾਂ ਇਸ ਹਫਤੇ ਤੁਹਾਨੂੰ 2 ਵੱਡੇ ਧਨ ਲਾਭ ਹੋ ਸਕਦੇ ਹਨ, ਸ਼ੁਕਰ ਦੇ ਕਾਰਨ, ਜੋ ਕਿ ਤੁਹਾਡੀ ਰਾਸ਼ੀ ਵੀ ਸ਼ੁਕਰ ਤੇ ਕੇਤੂ ਬੈਠੇ ਹਨ, ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਹੈ, ਸ਼ੁਕਰ ਦੇ ਕਾਰਨ ਤੁਹਾਡਾ ਕੋਈ ਰੁਕਿਆ ਹੋਇਆ ਧਨ, ਫਸਿਆ ਹੋਇਆ ਧਨ ਤੁਹਾਨੂੰ ਮਿਲ ਸਕਦਾ ਹੈ, ਤੇ ਕੇਤੂ ਦੇ ਕਾਰਨ ਕੋਈ ਬੰਦਾ ਆਏਗਾ ਦੇਸ਼ ਤੋਂ ਵਿਦੇਸ਼ ਤੋਂ ਜਾਂ ਕਿਸੇ ਦੂਰ ਜਗ੍ਹਾ ਤੋਂ ਕੋਈ ਬੰਦਾ ਆ ਸਕਦਾ ਹੈ, ਜੋ ਤੁਹਾਨੂੰ ਅੱਛਾ ਖਾਸਾ ਧਨ ਲਾਭ ਦਿਲਾ ਸਕਦਾ ਹੈ। ਇਹ ਜੋ ਲਾਭ ਹੋਏਗਾ ਅਚਾਨਕ ਹੀ ਲਾਭ ਦਾ ਯੋਗ ਹੈ, ਪਰ ਇਹਦੇ ਯੋਗ ਬਣ ਰਹੇ ਹਨ, ਕਿਉਂਕਿ ਇਸ ਹਫਤੇ ਮਲਬੇ ਯੋਗ ਬਣ ਰਿਹਾ ਹੈ, ਤਾਂ ਉਸਦੇ ਕਾਰਨ ਤੁਹਾਨੂੰ ਧਨ ਦੀ ਸਥਿਤੀ ਵੀ ਤੁਹਾਡੀ ਅੱਛੀ ਹੈ, ਧਨ ਦੇ ਲਾਭ ਵਿੱਚ ਵੀ ਤੁਹਾਨੂੰ ਕੋਈ ਖੁਸ਼ਖਬਰੀ ਮਿਲੇਗੀ ਤੇ ਕਰੀਅਰ ਦੇ ਮਾਮਲੇ ਵਿੱਚ ਵੀ ਤੁਹਾਨੂੰ ਖੁਸ਼ਖਬਰੀ ਮਿਲ ਸਕਦੀ ਹੈ। ਲਵ ਰਿਲੇਸ਼ਨਸ਼ਿਪ ਦੀ ਗੱਲ ਕਰ ਲੈਂਦੇ ਹਾਂ, ਜੋ ਮੈਰਿਡ ਕਪਲ ਹਨ, ਤਾਂ ਦੇਖੋ ਜੀ ਇਸ ਹਫਤੇ ਜੋ ਤੁਹਾਡਾ ਪਾਰਟਨਰ ਹੈ, ਕੁਝ ਨਵੀਂ ਚੀਜ਼ ਸਿੱਖ ਸਕਦਾ ਹੈ, ਆਨਲਾਈਨ ਸਿੱਖ ਸਕਦਾ ਹੈ, ਜਾਂ ਅਪ ਟੂ ਡੇਟ ਆਪਣੇ ਆਪ ਨੂੰ ਕਰਨ ਵਾਸਤੇ ਕੋਈ ਨਵਾਂ ਕੋਰਸ ਕਰ ਸਕਦਾ ਹੈ, ਤੁਹਾਡੇ ਪਾਰਟਨਰ ਨੂੰ ਯਾਤਰਾ ਕਰਨੀ ਪੈ ਸਕਦੀ ਹੈ, ਟਰੈਵਲਿੰਗ ਇਸ ਹਫਤੇ ਤੁਹਾਡੇ ਪਾਰਟਨਰ ਦੀ ਜ਼ਿਆਦਾ ਹੋ ਸਕਦੀ ਹੈ, ਤੁਹਾਡੇ ਪਾਰਟਨਰ ਵਾਸਤੇ ਵੀ ਕਰੀਅਰ ਦੇ ਲਈ ਅੱਛਾ ਹੈ, ਕਰੀਅਰ ਦੇ ਮਾਮਲੇ ਵਿੱਚ ਕੋਈ ਅੱਛੀ ਖੁਸ਼ਖਬਰੀ ਉਹਨਾਂ ਨੂੰ ਵੀ ਮਿਲ ਸਕਦੀ ਹੈ। ਗੱਲ ਕਰੀਏ ਜੇ ਹੁਣ ਕੰਨਿਆ ਰਾਸ਼ੀ ਦੇ ਕਰੀਅਰ ਦੇ ਮਾਮਲੇ ਵਿੱਚ, ਤਾਂ ਦੇਖੋ ਜੀ ਕਰੀਅਰ ਦੇ ਮਾਮਲੇ ਵਿੱਚ ਵੀ ਇਹ ਹਫਤਾ ਤੁਹਾਡਾ ਬਹੁਤ ਅੱਛਾ ਹੈ, ਪਰ ਡਿਵਾਈਸ ਮਸ਼ੀਨਰੀ ਜੋ ਹੋ ਸਕਦਾ ਹੈ, ਇਲੈਕਟ੍ਰੋਨਿਕ ਆਈਟਮ ਤੁਹਾਡੇ ਖਰਾਬ ਹੋਣ, ਇਸ ਦੇ ਕਾਰਨ ਤੁਸੀਂ ਥੋੜੇ ਪਰੇਸ਼ਾਨ ਰਹਿ ਸਕਦੇ ਹੋ। ਤੁਹਾਡੇ ਵਾਸਤੇ ਹਫਤੇ ਦੀ ਸਲਾਹ ਹੈ,
ਜੋ ਲੋਕ ਬਾਹਰ ਸਾਡੇ ਗਲੀ ਦੇ ਸਫਾਈ ਕਰਮਚਾਰੀ ਆਉਂਦੇ ਹਨ, ਉਹਨਾਂ ਵਿੱਚੋਂ ਕਿਸੇ ਨੂੰ ਤੁਸੀਂ ਇੱਕ ਚਾਹ ਪੱਤੀ ਦਾ ਪੈਕੇਟ ਦਾਨ ਕਰ ਸਕਦੇ ਹੋ, ਉਹਨਾਂ ਨੂੰ ਦੇ ਸਕਦੇ ਹੋ, ਜਾਂ ਫਿਰ ਇੱਕ ਥਮਸਅਪ ਦਾ ਗਿਲਾਸ ਉਹਨਾਂ ਨੂੰ ਪਿਲਾ ਸਕਦੇ ਹੋ, ਤਾਂ ਤੁਹਾਡੇ ਆਉਣ ਵਾਲੀਆਂ ਕੋਈ ਵੀ ਪਰੇਸ਼ਾਨੀਆਂ ਜਿਹੜੀਆਂ ਹੋਣਗੀਆਂ ਉਹ ਟਲ ਜਾਣਗੀਆਂ ਅਤੇ ਤੁਹਾਡਾ ਹਫ਼ਤਾ ਸੁਪਰ ਪਾਵਰਫੁਲ ਜਾਏਗਾ ਜੀ। ਹੁਣ ਆਪਾਂ ਗੱਲ ਕਰ ਲੈਂਦੇ ਹਾਂ ਲਿਬਰਾ ਯਾਨੀ ਕਿ ਤੁਲਾ ਰਾਸ਼ੀ ਵਾਲਿਆਂ ਦੀ, ਅਤੇ ਸਭ ਤੋਂ ਪਹਿਲੇ ਤੁਲਾ ਰਾਸ਼ੀ ਵਾਲਿਆਂ ਦੀ ਸਿਹਤ ਦੀ ਗੱਲ ਕਰ ਲੈਂਦੇ ਹਾਂ, ਤਾਂ 2 ਸਤੰਬਰ ਤੋਂ ਲੈ ਕੇ 8 ਸਤੰਬਰ ਦੇ ਵਿੱਚ ਤੁਹਾਨੂੰ ਫੋੜੇ ਫੁੰਸੀ ਜਾਂ ਤਵਚਾ ਸੰਬੰਧੀ, ਸਕਿਨ ਸੰਬੰਧੀ ਕੋਈ ਐਲਰਜੀ ਜਾਂ ਇਨਫੈਕਸ਼ਨ ਹੋ ਸਕਦਾ ਹੈ। ਇਸ ਹਫ਼ਤੇ ਤੁਲਾ ਰਾਸ਼ੀ ਵਾਲਿਆਂ ਦਾ ਫੋਕਸ ਜੋ ਹੈ ਕਿ ਆਪਣੇ ਪੈਸਿਆਂ ਨੂੰ ਅਸੀਂ ਕਿਹੜੀ ਜਗ੍ਹਾ 'ਤੇ ਇਨਵੈਸਟ ਕਰੀਏ ਜਿਹਦੇ ਨਾਲ ਸਾਨੂੰ ਅੱਛਾ ਲਾਭ ਹੋਵੇ, ਕਿਹੜੀ ਜਗ੍ਹਾ 'ਤੇ ਕਿਹੜਾ ਕੰਮ ਸਾਨੂੰ ਐਸਾ ਸ਼ੁਰੂ ਕਰਨਾ ਚਾਹੀਦਾ ਹੈ ਜਿਸ ਦੇ ਵਿੱਚ ਲਾਭ ਹੋਵੇ। ਕੁਝ ਤੁਲਾ ਰਾਸ਼ੀ ਵਾਲੇ ਪ੍ਰੋਪਰਟੀ ਦੇ ਉੱਤੇ ਫੋਕਸ ਕਰਨਗੇ, ਕੁਝ ਤੁਲਾ ਰਾਸ਼ੀ ਵਾਲੇ ਔਨਲਾਈਨ ਦੇ ਉੱਤੇ ਫੋਕਸ ਕਰਨਗੇ, ਮਤਲਬ ਕਿਸ ਤਰ੍ਹਾਂ ਲਾਭ ਹੋਵੇ, ਪ੍ਰੋਫਿਟ ਹੋਵੇ, ਇਨਵੈਸਟਮੈਂਟ ਕਿਹੜੀ ਜਗ੍ਹਾ 'ਤੇ ਕੀਤਾ ਜਾਵੇ, ਇਸ 'ਤੇ ਤੁਹਾਡਾ ਫੋਕਸ ਇਸ ਹਫ਼ਤੇ ਰਹਿਣ ਵਾਲਾ ਹੈ। ਹੁਣ ਜੇ ਧਨ ਦੀ ਸਥਿਤੀ ਦੀ ਗੱਲ ਕਰੀਏ ਤੁਲਾ ਰਾਸ਼ੀ ਵਾਲਿਆਂ ਦੀ, ਤਾਂ ਤੁਹਾਡੀ ਧਨ ਦੀ ਸਥਿਤੀ ਇਸ ਹਫ਼ਤੇ ਬਹੁਤ ਜ਼ਿਆਦਾ ਅੱਛੀ ਹੈ। ਵਿਦੇਸ਼ ਤੋਂ ਤੁਹਾਨੂੰ ਧਨ ਲਾਭ ਹੋ ਸਕਦਾ ਹੈ, ਤੁਹਾਨੂੰ ਟਰੈਵਲਿੰਗ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ 'ਤੇ ਤੁਹਾਨੂੰ ਟਰੈਵਲਿੰਗ ਕਰਨੀ ਪੈ ਸਕਦੀ ਹੈ ਕੰਮ ਦੇ ਸਿਲਸਿਲੇ ਵਿੱਚ। ਤੁਸੀਂ ਇਸ ਤਰ੍ਹਾਂ ਇਸ ਹਫ਼ਤੇ ਨੋਟਿਸ ਕਰੋਗੇ ਕਿ ਤੁਹਾਨੂੰ ਨੇੜੇ ਦੇ ਔਡਰ ਨਹੀਂ ਮਿਲ ਰਹੇ ਹਨ, ਦੂਰ ਦੇ ਔਡਰ ਮਿਲ ਰਹੇ ਹਨ, ਜਿਸ ਦੇ ਨਾਲ ਤੁਹਾਨੂੰ ਧਨ ਲਾਭ ਵੀ ਹੋ ਰਿਹਾ ਹੈ। ਹੁਣ ਅਸੀਂ ਗੱਲ ਕਰ ਲੈਂਦੇ ਹਾਂ ਤੁਹਾਡੇ ਕਰੀਅਰ ਦੀ, ਤਾਂ 2 ਸਤੰਬਰ ਤੋਂ ਲੈ ਕੇ 8 ਸਤੰਬਰ ਦੇ ਵਿੱਚ ਤੁਹਾਡਾ ਕਰੀਅਰ ਬਹੁਤ ਅੱਛਾ ਹੈ, ਕਿਉਂਕਿ ਵਿਪਰੀਤ ਰਾਜਯੋਗ ਬਣ ਰਿਹਾ ਹੈ, ਤੁਹਾਡੀ ਸੇਲ ਅੱਛੀ ਹੋਏਗੀ। ਬਹੁਤ ਜ਼ਿਆਦਾ ਇਸ ਹਫ਼ਤੇ ਤੁਹਾਡੀਆਂ ਮੀਟਿੰਗਾਂ ਹੋਣ ਵਾਲੀਆਂ ਹਨ, ਕਲਾਇੰਟ ਨਾਲ ਮੀਟਿੰਗ ਹੋਏਗੀ, ਕਲਾਇੰਟ ਤੁਹਾਡੇ ਕੋਲ ਆਉਣਗੇ, ਤੁਸੀਂ ਵੀ ਕਲਾਇੰਟ ਕੋਲ ਜਾਓਗੇ, ਅੱਛੀ ਸੇਲ, ਅੱਛੇ ਆਰਡਰ ਤੁਹਾਨੂੰ ਮਿਲਣ ਵਾਲੇ ਹਨ। ਹੁਣ ਗੱਲ ਕਰ ਲੈਂਦੇ ਹਾਂ ਲਵ ਰਿਲੇਸ਼ਨਸ਼ਿਪ ਦੀ, ਤਾਂ ਦੇਖੋ ਭਾਵੇਂ ਲਾਈਫ ਪਾਰਟਨਰ ਹੈਗੇ ਹੋ ਜਾਂ ਹਸਬੈਂਡ ਵਾਈਫ ਜਾਂ ਪ੍ਰੇਮੀ ਪ੍ਰੇਮਿਕਾ ਲਵ ਪਾਰਟਨਰ ਹੋ, ਤਾਂ ਤੁਹਾਡਾ ਇਹ ਹਫ਼ਤਾ 2 ਸਤੰਬਰ ਤੋਂ ਲੈ ਕੇ 8 ਸਤੰਬਰ ਦਾ ਜੋ ਹੈ ਉਹ ਕਹਿ ਸਕਦੇ ਹੋ 50-50 ਰਹਿਣ ਵਾਲਾ ਹੈ, ਅੱਧਾ ਅੱਛਾ ਅੱਧਾ ਖਰਾਬ ਕਹਿ ਸਕਦੇ ਹੋ। ਉਹ ਕਿਸ ਤਰ੍ਹਾਂ 2 ਸਤੰਬਰ ਤੋਂ ਲੈ ਕੇ 5 ਸਤੰਬਰ ਤੱਕ ਤੁਹਾਡਾ ਰਿਲੇਸ਼ਨ ਬਹੁਤ ਅੱਛਾ ਰਹੇਗਾ, ਪਾਰਟਨਰ ਤੁਹਾਡੀ ਗੱਲ ਸੁਣੇਗਾ, ਤੁਹਾਡਾ ਕਹਿਣਾ ਮੰਨੇਗਾ, ਤੁਸੀਂ ਵੀ ਉਹਨਾਂ ਦੀ ਗੱਲ ਸੁਣੋਗੇ, ਮਤਲਬ ਕਿ ਕਹਿ ਸਕਦੇ ਹੋ ਕਿ ਤਾਲਮੇਲ ਬਹੁਤ ਅੱਛਾ ਰਹਿਣ ਵਾਲਾ ਹੈ। 5 ਸਤੰਬਰ ਤੋਂ ਬਾਅਦ ਦੋਨਾਂ ਦੇ ਵਿੱਚ ਈਗੋ ਸਾਹਮਣੇ ਆ ਜਾਏਗਾ, ਕਿਸੇ ਗੱਲ 'ਤੇ ਵਾਦ ਵਿਵਾਦ ਹੋ ਸਕਦਾ ਹੈ, ਕਿਸੇ ਦੋਸਤ ਨੂੰ ਲੈ ਕੇ ਜਾਂ ਕਿਸੇ ਵੀ ਮੈਂਬਰ ਨੂੰ ਲੈ ਕੇ ਤੁਹਾਡਾ ਵਾਦ ਵਿਵਾਦ ਹੋ ਸਕਦਾ ਹੈ, ਲੜਾਈ ਝਗੜਾ ਹੋ ਸਕਦਾ ਹੈ। ਇਸ ਤੋਂ ਇਲਾਵਾ ਤੁਲਾ ਰਾਸ਼ੀ ਵਾਲੇ ਇਸ ਹਫ਼ਤੇ ਕੁਝ ਨਾ ਕੁਝ ਨਵਾਂ ਸਿੱਖਣਗੇ, ਨਵਾਂ ਕੋਈ ਆਨਲਾਈਨ ਕੋਈ ਵੀ ਨਵੀਂ ਚੀਜ਼ ਉਹ ਸਿੱਖਣ ਵਾਲੇ ਹਨ, ਇਸ ਤਰ੍ਹਾਂ ਦੇ ਯੋਗ ਬਣਦੇ ਵੀ ਨਜ਼ਰ ਆ ਰਹੇ ਹਨ। ਤੁਹਾਡੇ ਵਾਸਤੇ ਹਫ਼ਤੇ ਦੀ ਸਲਾਹ ਹੈ, ਵੀਰਵਾਰ ਨੂੰ 1 ਦਰਜਨ ਕੇਲੇ ਤੁਸੀਂ ਕਿਸੇ ਵੀ ਧਾਰਮਿਕ ਸਥਾਨ ਤੇ ਚੜਾ ਕੇ ਆਓ, ਤੁਹਾਡਾ ਜੋ ਵੀ ਨੈਗੇਟਿਵਿਟੀ ਹੈ ਪੋਜ਼ਿਟਿਵਿਟੀ ਵਿੱਚ ਬਦਲ ਜਾਣਗੀਆਂ ਜੀ। ਹੁਣ ਆਪਾਂ ਗੱਲ ਕਰ ਲੈਂਦੇ ਹਾਂ ਸਕੋਰਪੀਓ ਯਾਨੀ ਕਿ ਵ੍ਰਿਸ਼ਭ ਰਾਸ਼ੀ ਵਾਲਿਆਂ ਦੀ, ਤਾਂ ਦੇਖੋ ਜੀ ਤੁਹਾਡੇ ਸਭ ਤੋਂ ਪਹਿਲੇ ਸਿਹਤ ਦੀ ਗੱਲ ਕਰ ਲੈਂਦੇ ਹਾਂ, ਤਾਂ 2 ਸਤੰਬਰ ਤੋਂ ਲੈ ਕੇ 8 ਸਤੰਬਰ ਦੇ ਵਿੱਚ ਸਿਹਤ ਜੋ ਹੈ ਤੁਹਾਡੀ ਇਸ ਹਫ਼ਤੇ ਅੱਛੀ ਨਹੀਂ ਹੈ, ਹੱਥਾਂ ਪੈਰਾਂ 'ਤੇ ਕੋਈ ਸੱਟ ਛੋਟੀ ਮੋਟੀ ਲੱਗ ਸਕਦੀ ਹੈ, ਇਸ ਤੋਂ ਇਲਾਵਾ ਪੇਟ ਦੀ ਸਮੱਸਿਆ ਅਤੇ ਕੁਝ ਐਲਰਜੀ ਦੀ ਸਮੱਸਿਆ ਵੀ ਤੁਹਾਨੂੰ ਰਹਿ ਸਕਦੀ ਹੈ। ਇਸ ਹਫ਼ਤੇ ਤੁਹਾਡਾ ਜਿਹੜਾ ਫੋਕਸ ਹੈ ਕਿ ਕੰਮ ਨੂੰ ਕਿਸ ਤਰ੍ਹਾਂ ਵਧਾਇਆ ਜਾਏ, ਕੰਮ ਦੀ ਗਰੋਥ ਕਿਸ ਤਰ੍ਹਾਂ ਕੀਤੀ ਜਾਏ, ਕਿਸ ਤਰ੍ਹਾਂ ਰੁਕੇ ਹੋਏ ਕੰਮ ਨੂੰ ਪੂਰਾ ਕੀਤਾ ਜਾਏ, ਪੂਰਾ ਤੁਹਾਡਾ ਫੋਕਸ ਜਿਹੜਾ ਹੈ ਕੰਮ ਦੇ ਉੱਤੇ ਰਹਿਣ ਵਾਲਾ ਹੈ। ਹੁਣ ਜੇ ਅਸੀਂ ਤੁਹਾਡੀ ਧਨ ਦੀ ਸਥਿਤੀ ਦੀ ਗੱਲ ਕਰੀਏ, ਤਾਂ ਇਸ ਹਫ਼ਤੇ ਧਨ ਦੀ ਸਥਿਤੀ ਤੁਹਾਡੀ ਅੱਛੀ ਹੈ, ਤੁਹਾਨੂੰ ਪਰਿਵਾਰ ਵੱਲੋਂ ਕੋਈ ਗਿਫਟ ਮਿਲ ਸਕਦਾ ਹੈ ਜਾਂ ਤੁਹਾਡਾ ਪਾਰਟਨਰ ਤੁਹਾਡੀ ਕੋਈ ਹੈਲਪ ਕਰ ਸਕਦਾ ਹੈ, ਤੁਹਾਡੀ ਕੋਈ ਗਿਫਟ ਦੇ ਸਕਦਾ ਹੈ, ਕੋਈ ਤੁਹਾਨੂੰ ਧਨ ਦੇ ਸਕਦਾ ਹੈ, ਇਸ ਤਰ੍ਹਾਂ ਕਹਿ ਸਕਦੇ ਹੋ ਕਿ ਫਾਈਨੈਂਸ਼ਲੀ ਜਿਹੜੀ ਤੁਹਾਡੀ ਸਥਿਤੀ ਹੈ ਪਹਿਲੇ ਨਾਲੋਂ ਬੈਟਰ ਹੋਣ ਦੀ ਨਜ਼ਰ ਆ ਰਹੀ ਹੈ।
ਹਾਂ, ਇੱਥੇ ਚੌਥੇ ਪਲੇਸ ਤੇ ਜਿਹੜੇ ਹੈ ਸ਼ਨੀ ਬੈਠੇ ਹੋਏ ਹਨ, ਤਾਂ ਲੋਹੇ ਨਾਲ ਸੰਬੰਧਿਤ ਜਿਹੜੀਆਂ ਚੀਜ਼ਾਂ ਹਨ, ਕੋਈ ਗੱਡੀ ਹੋ ਗਈ ਹੈ ਨਾ, ਉਹ ਬੰਦ ਪੈ ਸਕਦੀ ਹੈ ਜਾਂ ਖਰਾਬ ਹੋ ਸਕਦੀ ਹੈ, ਉਹਦੇ ਤੇ ਤੁਹਾਡਾ ਖਰਚਾ ਹੋ ਸਕਦਾ ਹੈ। ਹੁਣ ਜੇ ਤੁਹਾਡੇ ਕਰੀਅਰ ਦੀ ਗੱਲ ਕਰੀਏ ਤਾਂ ਦੇਖੋ ਜੀ, ਸੂਰਜ ਤੇ ਚੰਦਰਮਾ ਜਿਹੜੇ ਹਨ ਯਸ਼ ਯੋਗ ਬਣਾ ਰਹੇ ਹਨ, ਤੇ ਜਿਹੜੇ ਲੋਕ ਨੌਕਰੀ ਕਰਦੇ ਹਨ ਉਹਨਾਂ ਵਾਸਤੇ ਇਹ ਹਫ਼ਤਾ ਬੜਾ ਹੀ ਸਪੈਸ਼ਲ ਹੈ, ਕਿਉਂਕਿ ਤੁਹਾਡਾ ਜਿਹੜਾ ਸੀਨੀਅਰ ਅਧਿਕਾਰੀ ਹੈ ਤੁਹਾਡੇ ਪਦ ਪ੍ਰਮੋਸ਼ਨ ਕਰ ਸਕਦੇ ਹਨ, ਯਾਨੀ ਕਿ ਤੁਹਾਡੀ ਪੋਸਟ ਉੱਚੀ ਹੋ ਸਕਦੀ ਹੈ, ਇਨਸੈਂਟਿਵ ਤੁਹਾਡੇ ਵੱਧ ਸਕਦੇ ਹਨ ਜਾਂ ਤੁਹਾਡੀ ਸੈਲਰੀ ਵੱਧ ਸਕਦੀ ਹੈ, ਤੁਹਾਡੇ ਕੰਮ ਦੀ ਤਾਰੀਫ ਹੋ ਸਕਦੀ ਹੈ। ਤੇ ਸਭ ਤੋਂ ਮੋਸਟ ਇੰਪੋਰਟੈਂਟ ਗੱਲ ਕਿ ਤੁਹਾਨੂੰ ਕੋਈ ਆਫਰ ਤੁਹਾਡੇ ਸੀਨੀਅਰ ਅਧਿਕਾਰੀ ਦੇ ਸਕਦੇ ਹਨ, ਇਸ ਆਫਿਸ ਤੋਂ ਦੂਸਰੇ ਆਫਿਸ ਤੇ ਜਾਣ ਦੇ ਜਾਂ ਫਿਰ ਦੂਸਰੀ ਜਗ੍ਹਾ ਤੇ ਕੰਮ ਕਰਕੇ ਉਧਰ ਦਾ ਰਿਸਪੋਂਸਿਬਿਲਟੀ ਸੰਭਾਲਣ ਦੀ, ਜੋ ਕੰਮ ਤੁਸੀਂ ਉਧਰ ਦਾ ਆਫਿਸ ਸੰਭਾਲੋ, ਇਸ ਤਰ੍ਹਾਂ ਦਾ ਕੋਈ ਆਫਰ ਤੁਹਾਨੂੰ ਇਸ ਹਫਤੇ ਮਿਲ ਸਕਦਾ ਹੈ। ਇੱਥੇ ਮੈਂ ਵਪਾਰੀਆਂ ਦਾ ਵੀ ਦੱਸਣਾ ਚਾਹਾਂਗੀ ਕਿ ਇਸ ਹਫਤੇ ਤੁਹਾਨੂੰ ਕੋਈ ਰੈਪੂਟੇਡ ਇੰਟਰਨੈਸ਼ਨਲ ਬ੍ਰਾਂਡਿਡ ਕੰਪਨੀ ਦਾ ਕੰਮ ਵੀ ਮਿਲ ਸਕਦਾ ਹੈ। ਹਾਂ, ਥੋੜਾ ਜਿਹਾ ਤੁਹਾਨੂੰ ਮਿਹਨਤ ਕਰਨੀ ਪਏਗੀ, ਥੋੜਾ ਜਿਹਾ ਖਿਲਾਣਾ ਪਿਲਾਣਾ ਪਏਗਾ, ਤਾਂ ਤੁਹਾਨੂੰ ਉਹ ਕੰਮ ਮਿਲ ਸਕਦਾ ਹੈ। ਗੱਲ ਕਰ ਲੈਂਦੇ ਹਾਂ ਲਵ ਰਿਲੇਸ਼ਨਸ਼ਿਪ ਦੀ, ਤਾਂ ਦੇਖੋ ਜੀ, ਇੱਥੇ ਸ਼ੁਕਰ ਜੋ ਹੈ ਮਾਲਬੇ ਯੋਗ ਬਣਾ ਰਿਹਾ ਹੈ, ਤਾਂ ਤੁਹਾਡਾ ਪਾਰਟਨਰ ਤੁਹਾਨੂੰ ਦੋ ਖੁਸ਼ਖਬਰੀਆਂ ਦੇਗਾ। ਪਹਿਲਾ ਕੋਈ ਪਰਸਨਲ ਖੁਸ਼ਖਬਰੀ ਦੇਗਾ, ਨੰਬਰ 2 ਤੇ ਕੋਈ ਕਰੀਅਰ ਸੰਬੰਧੀ ਤੁਹਾਨੂੰ ਕੋਈ ਖੁਸ਼ਖਬਰੀ ਦੇਣ ਵਾਲਾ ਹੈ। ਤਾਂ ਦੰਪਤੀ ਜੀਵਨ ਮੈਰਿਡ ਲਾਈਫ ਇਸ ਹਫਤੇ ਬਹੁਤ ਹੀ ਵਧੀਆ ਰਹਿਣ ਵਾਲੀ ਹੈ। ਤੁਹਾਡੇ ਵਾਸਤੇ ਹਫਤੇ ਦਾ ਉਪਾਅ ਹੈ, ਮੂਲ ਮੰਤਰ ਦਾ ਪਾਠ ਕਰੋ, ਭਾਵੇਂ ਥੋੜਾ ਇੱਕ ਹੀ ਕਰੋ, 2 ਕਰੋ, 5 ਕਰੋ, 7 ਕਰੋ, ਇਹ ਤੁਹਾਡੇ ਉੱਤੇ ਹੈ, ਕੋਈ ਉਹ ਗਿਣਤੀ ਦਾ ਕੁਝ ਵੀ ਨਹੀਂ ਹੈ। ਦਿਨ ਵਿੱਚ ਕਿਸੇ ਵੇਲੇ ਵੀ ਕਰ ਸਕਦੇ ਹੋ, ਜੇ ਸਵੇਰੇ ਜਾਣ ਵੇਲੇ ਤੁਹਾਨੂੰ ਟਾਈਮ ਨਹੀਂ ਹੁੰਦਾ ਤਾਂ ਆ ਕੇ ਜਾਂ ਜਦੋਂ ਵੀ ਤੁਸੀਂ ਚਾਹੋ ਤਾਂ ਮੂਲ ਮੰਤਰ ਦਾ ਪਾਠ ਕਰ ਸਕਦੇ ਹੋ, 11 ਕਰੋ, 21 ਕਰੋ। ਦੂਸਰੇ ਧਰਮ ਦੇ ਲੋਕ ਹਨੂੰਮਾਨ ਚਾਲੀਸਾ ਦਾ ਪਾਠ ਕਰੋ, ਤੁਹਾਡੀ ਵੀ ਗਿਣਤੀ ਦਾ ਕੋਈ ਨਹੀਂ ਹੈ, ਪਰ ਕਰੋ, ਇਸ ਦੇ ਨਾਲ ਤੁਹਾਡੇ ਉੱਤੇ ਆਉਣ ਵਾਲੀ ਜਿਹੜੀਆਂ ਵੀ ਸੰਕਟ ਪਰੇਸ਼ਾਨੀਆਂ ਹਨ ਉਹ ਸਭ ਦੂਰ ਹੋ ਜਾਣਗੀਆਂ ਜੀ, ਤੇ ਤੁਹਾਡਾ ਹਫਤਾ ਹੋਰ ਵੀ ਸੁਪਰ ਪਾਵਰਫੁਲ ਤੇ ਵੰਡਰਫੁਲ ਜਾਏਗਾ ਜੀ। ਹੁਣ ਆਪਾਂ ਗੱਲ ਕਰ ਲੈਂਦੇ ਹਾਂ ਸੈਜੀਟੇਰੀਅਸ ਯਾਨੀ ਕਿ ਧਨੂ ਰਾਸ਼ੀ ਵਾਲਿਆਂ ਦੀ, ਤਾਂ ਦੇਖੋ ਜੀ, 2 ਸਤੰਬਰ ਤੋਂ ਲੈ ਕੇ 8 ਸਤੰਬਰ ਦੇ ਵਿੱਚ ਤੁਹਾਡੀਆਂ ਜਿਹੜੀਆਂ ਗੱਲਾਂ ਹੈ ਲੋਕਾਂ ਨੂੰ ਚੁੱਭਣਗੀਆਂ, ਤੁਹਾਡਾ ਕਿਸੇ ਦੇ ਨਾਲ ਵਾਦ ਵਿਵਾਦ ਹੋ ਸਕਦਾ ਹੈ, ਹੋ ਸਕਦਾ ਫੈਮਿਲੀ ਨਾਲ ਵੀ ਹੋ ਸਕਦਾ ਹੈ ਜਾਂ ਦੋਸਤ ਮਿੱਤਰ ਨਾਲ ਵੀ ਹੋ ਸਕਦਾ ਹੈ। ਤੁਸੀਂ ਜੋ ਵੀ ਕਹੋਗੇ ਲੋਕੀ ਉਹਦਾ ਉਲਟਾ ਮਤਲਬ ਕੱਢਣਗੇ, ਤਾਂ ਤੁਹਾਨੂੰ ਇਸ ਹਫਤੇ ਜਿੰਨਾ ਜ਼ਿਆਦਾ ਹੋ ਸਕੇ ਚੁੱਪ ਰਹਿਣਾ ਹੈ। ਇਸ ਤੋਂ ਇਲਾਵਾ ਕਿਸੇ ਨੂੰ ਵੀ ਤੁਸੀਂ ਉਹਨਾਂ ਦੀ ਪਰਸਨਲ ਲਾਈਫ ਵਿੱਚ ਦਾ ਐਡਵਾਈਸ ਨਹੀਂ ਦੇਣਾ ਹੈ, ਪਰਸਨਲ ਲਾਈਫ ਵਿੱਚ ਇੰਟਰਫੇਅਰ ਨਹੀਂ ਕਰਨਾ ਹੈ, ਨਹੀਂ ਤਾਂ ਉਹ ਬੰਦਾ ਤੁਹਾਡਾ ਦੁਸ਼ਮਣ ਬਣ ਜਾਏਗਾ। ਹੁਣ ਤੁਹਾਡੇ ਧਨ ਦੀ ਸਥਿਤੀ ਦੀ ਗੱਲ ਕਰੀਏ ਤਾਂ ਇਹ ਹਫਤੇ ਤੁਹਾਡੀ ਧਨ ਦੀ ਸਥਿਤੀ ਮਧਿਅਮ ਯਾਨੀ ਕਿ ਨਾਰਮਲ ਰਹਿਣ ਵਾਲੀ ਹੈ। ਤੁਹਾਡਾ ਰੁਕਿਆ ਹੋਇਆ ਧਨ, ਫਸਿਆ ਹੋਇਆ ਧਨ ਤੁਹਾਨੂੰ ਮਿਲ ਸਕਦਾ ਹੈ, ਪਰ ਉਹ ਵੀ ਮਿਹਨਤ ਕਰਨ ਤੇ ਤੁਹਾਨੂੰ ਮਿਲੇਗਾ, ਬਹੁਤ ਜ਼ਿਆਦਾ ਚੱਕਰ ਲਗਾਉਣੇ ਪੈਣਗੇ, ਫੋਨ ਕਰਨਾ ਪਏਗਾ। ਲਵ ਰਿਲੇਸ਼ਨਸ਼ਿਪ ਦੀ ਗੱਲ ਕਰੀਏ ਤਾਂ ਦੇਖੋ ਜੀ, ਇਸ ਹਫਤੇ ਜੋ ਰਿਲੇਸ਼ਨ ਹੈ ਨਾ ਤੁਹਾਡਾ, ਉਹ ਤਾਂ ਸਹੀ ਹੈ, ਉਹ ਨਾਰਮਲ ਰਹੇਗਾ, ਪਰ ਤੁਹਾਡੇ ਪਾਰਟਨਰ ਨੂੰ ਕਿਧਰੇ ਨਾ ਕਿਧਰੇ ਹੱਥਾਂ ਪੈਰਾਂ ਵਿੱਚ ਦਰਦ ਜਾਂ ਹੱਥਾਂ ਪੈਰਾਂ ਤੇ ਸੱਟ ਲੱਗ ਸਕਦੀ ਹੈ, ਪੇਟ ਦੀ ਸਮੱਸਿਆ ਜਾਂ ਐਲਰਜੀ ਦੀ ਸਮੱਸਿਆ ਰਹਿ ਸਕਦੀ ਹੈ, ਬਾਕੀ ਕੋਈ ਦਿੱਕਤ ਨਜ਼ਰ ਨਹੀਂ ਆ ਰਹੀ ਹੈ, ਤੁਹਾਡੇ ਪਾਰਟਨਰ ਨੂੰ ਹੈਲਥ ਇਸ਼ੂਜ਼ ਰਹਿ ਸਕਦੇ ਹਨ। ਗੱਲ ਕਰ ਲੈਂਦੇ ਹਾਂ ਤੁਹਾਡੇ ਕਰੀਅਰ ਦੀ, ਭਾਵੇਂ ਤੁਸੀਂ ਨੌਕਰੀ ਕਰਦੇ ਹੋ ਜਾਂ ਵਪਾਰੀ ਹੋ, ਤਾਂ ਦੇਖੋ ਇਸ ਹਫਤੇ ਤੁਹਾਡਾ, ਦੇਖੋ ਜੀ, ਕਲਾਇੰਟ ਨਾਲ ਜਾਂ ਕਸਟਮਰ ਨਾਲ ਤੁਹਾਡਾ ਵਾਦ ਵਿਵਾਦ ਹੋਏਗਾ, ਝਗੜਾ ਹੋ ਸਕਦਾ ਹੈ, ਬਹਿਸਬਾਜ਼ੀ ਹੋ ਸਕਦੀ ਹੈ, ਪਰ ਇਸ ਦੇ ਬਾਵਜੂਦ ਵੀ ਤੁਹਾਨੂੰ ਕੰਮ ਜ਼ਰੂਰ ਮਿਲੇਗਾ, ਕੰਮ ਤੁਹਾਡੇ ਕੋਲ ਆਉਂਦਾ ਨਜ਼ਰ ਆ ਰਿਹਾ ਹੈ। ਕੰਮ ਤੋਂ ਸੰਬੰਧੀ ਤੁਹਾਨੂੰ ਖੁਸ਼ਖਬਰੀ ਵੀ ਮਿਲੇਗੀ, ਪਰ ਕਿਧਰੇ ਨਾ ਕਿਧਰੇ ਤੁਸੀਂ ਆਪਣੇ ਕਰਮਚਾਰੀਆਂ ਤੋਂ ਜੋ ਤੁਹਾਡੇ ਅੰਡਰ ਕੰਮ ਕਰਦੇ ਹਨ ਉਹਨਾਂ ਤੋਂ ਪਰੇਸ਼ਾਨ ਵੀ ਰਹੋਗੇ, ਉਹਨਾਂ ਦੇ ਨਾਲ ਤੁਹਾਡੇ ਵਾਦ ਵਿਵਾਦ ਹੁੰਦੇ ਵੀ ਨਜ਼ਰ ਆਉਣਗੇ, ਨਾਲ ਦੇ ਨਾਲ ਗੱਡੀ ਜਾਂ ਮਸ਼ੀਨਰੀ ਤੇ ਵੀ ਤੁਹਾਡਾ ਖਰਚਾ ਹੋ ਸਕਦਾ ਹੈ।
ਜਿਸ ਵੇਲੇ ਵੀ ਤੁਸੀਂ ਪਾਠ ਕਰਦੇ ਹੋ, ਪੂਜਾ ਕਰਦੇ ਹੋ, ਜੋਤ ਜਲਾਉਂਦੇ ਹੋ, ਉਸ ਜੋਤ ਦੇ ਅੰਦਰ 2 ਲੌਂਗ ਜ਼ਰੂਰ ਪਾਓ। ਇਸ ਦੇ ਨਾਲ ਤੁਹਾਡੇ ਘਰ ਵਿੱਚ ਕੋਈ ਵੀ ਨੈਗੇਟਿਵਿਟੀ ਅੰਦਰ ਦਾਖਲ ਨਹੀਂ ਹੋ ਸਕੇਗੀ ਤੇ ਤੁਹਾਡੇ ਹਰ ਕੰਮਾਂ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਜੀ। ਹੁਣ ਆਪਾਂ ਗੱਲ ਕਰ ਲੈਂਦੇ ਹਾਂ ਕੈਪਰੀਕੋਨ ਯਾਨੀ ਕਿ ਮੱਕਰ ਰਾਸ਼ੀ ਵਾਲਿਆਂ ਦੀ। ਤਾਂ ਦੇਖੋ ਜੀ, 2 ਸਤੰਬਰ ਤੋਂ ਲੈ ਕੇ 8 ਸਤੰਬਰ ਦੇ ਵਿੱਚ ਸਭ ਤੋਂ ਪਹਿਲੇ ਤੁਹਾਡੀ ਸਿਹਤ ਦੀ ਗੱਲ ਕਰ ਲੈਂਦੇ ਹਾਂ ਤਾਂ ਇਸ ਹਫ਼ਤੇ ਤੁਹਾਡੀ ਸਿਹਤ ਅੱਛੀ ਨਜ਼ਰ ਆ ਰਹੀ ਹੈ, ਕੋਈ ਵੀ ਪਰੇਸ਼ਾਨੀ ਨਜ਼ਰ ਨਹੀਂ ਆ ਰਹੀ ਹੈ। ਤੁਹਾਡਾ ਆਤਮ ਵਿਸ਼ਵਾਸ, ਕੌਨਫੀਡੈਂਸ ਲੈਵਲ ਤੁਹਾਡਾ ਵਧਣ ਵਾਲਾ ਹੈ। ਤੁਹਾਡਾ ਫੋਕਸ ਇਸ ਹਫ਼ਤੇ ਰਿਲੇਸ਼ਨ ਨੂੰ ਠੀਕ ਕਰਨ ਤੇ, ਜੋ ਤੁਹਾਡੇ ਕਈ ਲੋਕ ਜਿਨ੍ਹਾਂ ਦੇ ਨਾਲ ਤੁਸੀਂ ਕਈ ਮਹੀਨਿਆਂ ਤੋਂ ਜਾਂ ਸਾਲਾਂ ਤੋਂ ਕਾਫੀ ਟਾਈਮ ਤੋਂ ਤੁਸੀਂ ਉਹਨਾਂ ਦੇ ਸੰਪਰਕ ਵਿੱਚ ਨਹੀਂ ਹੋ, ਤਾਂ ਤੁਸੀਂ ਉਹਨਾਂ ਨੂੰ ਵਟਸਐਪ ਕਰਨ ਵਾਲੇ ਹੋ, ਕਹਿ ਸਕਦੇ ਹੋ ਕਿ ਆਪਣੇ ਰਿਲੇਸ਼ਨ ਨੂੰ, ਰਿਸ਼ਤਿਆਂ ਨੂੰ ਤੇ ਪੁਰਾਣੇ ਲੋਕਾਂ ਦੇ ਨਾਲ ਕਿਸ ਤਰ੍ਹਾਂ ਸੰਪਰਕ ਕੀਤਾ ਜਾਵੇ, ਇਹਨਾਂ ਚੀਜ਼ਾਂ ਦੇ ਉੱਤੇ ਤੁਹਾਡਾ ਫੋਕਸ ਇਸ ਹਫ਼ਤੇ ਰਹਿਣ ਵਾਲਾ ਹੈ। ਤੁਹਾਡੀ ਧਨ ਦੀ ਸਥਿਤੀ ਦੀ ਗੱਲ ਕਰੀਏ ਤਾਂ ਧਨ ਦੀ ਸਥਿਤੀ ਦੇਖੋ ਤੁਹਾਡੀ ਇਸ ਹਫ਼ਤੇ ਅੱਛੀ ਹੈ, ਪਰ ਸੂਰਜ ਤੇ ਸ਼ਨੀ ਦਾ ਸਮ ਸਪਤਕ ਯੋਗ ਬਣਨ ਦੇ ਕਾਰਨ ਕਿਤੇ ਨਾ ਕਿਤੇ ਕੋਈ ਤੁਹਾਨੂੰ ਸਰਕਾਰੀ ਨੋਟਿਸ ਜਾਂ ਫਿਰ ਕੋਈ ਤੁਹਾਡਾ ਚਲਾਨ ਕੱਟ ਸਕਦਾ ਹੈ। ਇਸ ਤੇ ਤੁਹਾਡਾ ਖਰਚਾ ਹੋ ਸਕਦਾ ਹੈ ਜਾਂ ਸਰਕਾਰੀ ਦਫ਼ਤਰ ਦੇ ਤੁਹਾਨੂੰ ਚੱਕਰ ਕੱਟਣੇ ਪੈ ਸਕਦੇ ਹਨ, ਉੱਥੇ ਵੀ ਤੁਹਾਨੂੰ ਖਰਚਾ ਕਰਨਾ ਪੈ ਸਕਦਾ ਹੈ। ਇਸ ਤਰ੍ਹਾਂ ਤੁਸੀਂ ਕਹਿ ਸਕਦੇ ਹੋ ਕਿ ਧਨ ਦੀ ਸਥਿਤੀ ਤਾਂ ਤੁਹਾਡੀ ਅੱਛੀ ਹੈ, ਪਰ ਅਚਾਨਕ ਆਉਣ ਵਾਲੇ ਖਰਚੇ ਤੁਹਾਡਾ ਬਜਟ ਹਿਲਾ ਸਕਦੇ ਹਨ। ਇਸ ਤੋਂ ਇਲਾਵਾ ਰਾਹੂ ਜਿਹੜੇ ਹਨ ਥਰਡ ਪਲੇਸ ਵਿੱਚ ਬੈਠੇ ਹਨ, ਤਾਂ ਤੁਹਾਨੂੰ ਕੰਨ ਦੀ ਵਿੱਚ ਸਮੱਸਿਆ ਜਾਂ ਕੰਨ ਦੇ ਇਨਫੈਕਸ਼ਨ ਦੀ ਸਮੱਸਿਆ ਆ ਸਕਦੀ ਹੈ। ਜੇਕਰ ਤੁਹਾਡੇ ਹੁਣ ਕਰੀਅਰ ਦੀ ਅਸੀਂ ਗੱਲ ਕਰੀਏ ਤਾਂ ਇਸ ਹਫ਼ਤੇ ਤੁਹਾਡਾ ਕਰੀਅਰ 2 ਭਾਗਾਂ ਵਿੱਚ ਵੰਡਿਆ ਗਿਆ ਹੈ, ਯਾਨੀ ਕਿ 2 ਸਤੰਬਰ ਤੋਂ ਲੈ ਕੇ 4 ਸਤੰਬਰ ਤੱਕ ਤੁਹਾਡਾ ਕਰੀਅਰ ਬੜਾ ਅੱਛਾ ਹੈ। ਕਲਾਇੰਟਾਂ ਨੂੰ ਮਿਲੋਗੇ, ਕਸਟਮਰਸ ਨੂੰ ਮਿਲੋਗੇ, ਤਾਂ ਤੁਹਾਨੂੰ ਆਰਡਰ ਵੀ ਮਿਲਣਗੇ, ਡੀਲ ਵੀ ਤੁਹਾਡੀਆਂ ਹੋਣਗੀਆਂ, ਪਰ 5 ਸਤੰਬਰ ਤੋਂ ਲੈ ਕੇ 8 ਸਤੰਬਰ ਦੇ ਵਿੱਚ ਕਲਾਇੰਟਸ ਦੇ ਨਾਲ, ਕਸਟਮਰਸ ਦੇ ਨਾਲ ਤੁਹਾਡੇ ਵਾਦ ਵਿਵਾਦ ਹੋ ਸਕਦੇ ਹਨ ਤੇ ਹੋ ਸਕਦਾ ਹੈ ਤੁਹਾਡੇ ਕੁਝ ਆਰਡਰ ਵੀ ਕੈਂਸਲ ਹੋਣ ਤੇ ਕਰੀਅਰ ਵਾਸਤੇ ਥੋੜਾ ਅੱਧਾ ਹਫ਼ਤਾ ਅੱਛਾ ਹੈ, ਅੱਧਾ ਹਫ਼ਤਾ ਥੋੜਾ ਜਿਹਾ ਤੁਹਾਨੂੰ ਧਿਆਨ ਰੱਖਣ ਦੀ ਜ਼ਰੂਰਤ ਹੈ। ਹੁਣ ਜੇਕਰ ਅਸੀਂ ਤੁਹਾਡੀ ਮੈਰਿਡ ਲਾਈਫ ਦੀ ਗੱਲ ਕਰੀਏ, ਜੋ ਹਸਬੈਂਡ ਵਾਈਫ ਹਨ, ਲਵ ਲਾਈਫ ਪਾਰਟਨਰ ਹਨ ਜਾਂ ਲਵ ਪਾਰਟਨਰ ਹਨ, ਤਾਂ ਇਸ ਹਫ਼ਤੇ ਜੋ ਹੈ ਬੁੱਧ ਨੀਚ ਕਰਕ ਰਾਸ਼ੀ ਵਿੱਚ ਬੈਠੇ ਹਨ, ਤਾਂ ਤੁਹਾਡਾ ਆਪਣੇ ਪਾਰਟਨਰ ਦੇ ਨਾਲ ਵਾਦ ਵਿਵਾਦ ਹੋ ਸਕਦਾ ਹੈ, ਲੜਾਈ ਝਗੜਾ ਹੋ ਸਕਦਾ ਹੈ, ਤੁਹਾਡੇ ਓਪੀਨੀਅਨ ਇੱਕ ਦੂਸਰੇ ਦੇ ਨਾਲ ਮਿਲ ਨਹੀਂ ਸਕਦੇ ਹਨ, ਜਿਸ ਦੇ ਨਾਲ ਤੁਹਾਡਾ ਲੜਾਈ ਦਾ ਮਾਹੌਲ ਇਸ ਹਫ਼ਤੇ ਰਹਿ ਸਕਦਾ ਹੈ। ਤੁਹਾਡੇ ਵਾਸਤੇ ਹਫ਼ਤੇ ਦੀ ਸਲਾਹ ਹੈ ਕਿ ਬਿਲਕੁਲ ਸਾਫ਼ ਸੁਥਰੇ ਰਹੋ, ਆਪਣੇ ਉੱਤੇ ਗੁਲਾਬ ਦਾ ਇਤਰ ਜ਼ਰੂਰ ਛਿੜਕੋ, ਜਿਸ ਦੇ ਨਾਲ ਤੁਹਾਡਾ ਜਿਹੜਾ ਦਾਂਪਤਯ ਜੀਵਨ ਦੇ ਵਿੱਚ ਥੋੜ੍ਹਾ ਜਿਹਾ ਵਾਦ ਵਿਵਾਦ ਹੋ ਰਿਹਾ ਹੈ, ਉਹ ਤੁਹਾਡਾ ਸ਼ੁਕਰ ਅੱਛਾ ਹੋਣ ਦੇ ਕਾਰਨ ਤੁਹਾਡੇ ਉਹ ਨੈਗੇਟਿਵਿਟੀ ਪੋਜ਼ਿਟਿਵਿਟੀ ਵਿੱਚ ਬਦਲ ਜਾਏਗੀ ਜੀ। ਹੁਣ ਆਪਾਂ ਗੱਲ ਕਰ ਲੈਂਦੇ ਹਾਂ ਐਕਵੇਰੀਅਸ ਯਾਨੀ ਕਿ ਕੁੰਭ ਰਾਸ਼ੀ ਵਾਲਿਆਂ ਦੀ। ਤਾਂ ਦੇਖੋ ਜੀ, ਸਭ ਤੋਂ ਪਹਿਲੇ 2 ਸਤੰਬਰ ਤੋਂ ਲੈ ਕੇ 8 ਸਤੰਬਰ ਦੇ ਵਿੱਚ ਕੁੰਭ ਰਾਸ਼ੀ ਵਾਲਿਆਂ ਦੀ ਸਿਹਤ ਦੀ ਗੱਲ ਕਰੀਏ ਤਾਂ ਪੇਟ ਦੀ ਸਮੱਸਿਆ ਇਸ ਹਫ਼ਤੇ ਤੁਹਾਨੂੰ ਰਹਿ ਸਕਦੀ ਹੈ, ਇਸ ਦੇ ਨਾਲ ਨਾਲ ਕਿਉਂਕਿ ਸੂਰਜ ਤੇ ਸ਼ਨੀ ਦਾ ਸਮ ਸਪਤਮ ਯੋਗ ਬਣ ਰਿਹਾ ਹੈ, ਦੋਨੋਂ ਆਮੋ ਸਾਹਮਣੇ ਹਨ, ਤਾਂ ਤੁਹਾਡਾ ਮਨ ਥੋੜ੍ਹਾ ਜਿਹਾ ਚਿੜਚਿੜਾ ਰਹਿਣ ਵਾਲਾ ਹੈ, ਬਹੁਤ ਤੁਹਾਡੇ ਮਨ ਵਿੱਚ ਨੈਗੇਟਿਵ ਥੋਟਸ ਆਉਣ ਵਾਲੇ ਹਨ ਇਸ ਹਫ਼ਤੇ। ਇਸ ਤਰ੍ਹਾਂ ਕਹਿ ਸਕਦੇ ਹੋ ਕਿ ਮਾਨਸਿਕ ਵਿਕਾਰ ਵਾਲਾ ਤੁਹਾਡਾ ਇਹ ਹਫ਼ਤਾ ਰਹਿਣ ਵਾਲਾ ਹੈ। ਨਾਲ ਦੇ ਨਾਲ ਤੁਹਾਨੂੰ ਦੱਸ ਦਿੰਦੀ ਹਾਂ ਕਿ ਕੁੰਭ ਰਾਸ਼ੀ ਵਾਲਿਆਂ ਦਾ ਫੋਕਸ ਇਸ ਹਫ਼ਤੇ ਕਿਸ ਤਰ੍ਹਾਂ ਆਪਣੇ ਪਾਰਟਨਰ ਨੂੰ ਮਨਾਇਆ ਜਾਵੇ, ਜੋ ਤੁਹਾਡੇ ਵਾਦ ਵਿਵਾਦ ਚੱਲ ਰਹੇ ਸਨ। ਦੂਸਰਾ, ਆਪਣੇ ਪਾਰਟਨਰ ਦੇ ਜਿਹੜੇ ਰਿਸ਼ਤੇਦਾਰ ਹਨ, ਉਹਨਾਂ ਦੀ ਜੋ ਡਿਮਾਂਡ ਹੈ, ਉਹਨਾਂ ਦੀ ਜਿਹੜੀ ਇੱਛਾ ਹੈ, ਉਹ ਕਿਸ ਤਰ੍ਹਾਂ ਪੂਰੀ ਕੀਤੀ ਜਾਵੇ, ਇਸ ਦੇ ਉੱਤੇ ਤੁਹਾਡਾ ਇਸ ਹਫ਼ਤੇ ਪੂਰਾ ਫੋਕਸ ਰਹਿਣ ਵਾਲਾ ਹੈ। ਕੁੰਭ ਰਾਸ਼ੀ ਵਾਲਿਆਂ ਦੀ ਧਨ ਦੀ ਸਥਿਤੀ ਦੀ ਗੱਲ ਕਰੀਏ ਤਾਂ ਦੇਖੋ ਜੀ, ਧਨ ਦੇ ਸਵਾਮੀ ਕੇਂਦਰ ਵਿੱਚ ਬੈਠੇ ਹਨ, ਤਾਂ ਧਨ ਦਾ ਤੁਹਾਡਾ ਇਸ ਹਫ਼ਤੇ ਧਨ ਦੀ ਸਥਿਤੀ ਅੱਛੀ ਹੀ ਨਜ਼ਰ ਆ ਰਹੀ ਹੈ, ਐਕਸਟਰਾ ਇਨਕਮ ਦੇ ਯੋਗ ਬਣਦੇ ਨਜ਼ਰ ਆ ਰਹੇ ਹਨ, ਜੋ ਤੁਸੀਂ ਮਿਹਨਤ ਕਰੋਗੇ ਉਸ ਦਾ ਫਲ ਵੀ ਮਿਲਦਾ ਨਜ਼ਰ ਆਏਗਾ, ਜੋ ਤੁਸੀਂ
ਮਿਹਨਤ ਕਰ ਰਹੇ ਹੋ ਉਸ ਦਾ ਫਲ ਜੋ ਤੁਹਾਨੂੰ ਪਿਛਲੇ ਹਫਤੇ ਨਹੀਂ ਮਿਲਿਆ ਸੀ ਇਸ ਹਫਤੇ ਤੁਹਾਨੂੰ ਮਿਲਦਾ ਨਜ਼ਰ ਆਏਗਾ। ਰੁਕਿਆ ਹੋਇਆ ਧਨ ਵੀ ਤੁਹਾਡਾ ਮਿਲ ਸਕਦਾ ਹੈ। ਤਾਂ ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਕੁੰਭ ਰਾਸ਼ੀ ਵਾਲਿਆਂ ਦੀ ਧਨ ਦੀ ਸਥਿਤੀ ਇਸ ਹਫਤੇ ਅੱਛੀ ਹੈ। ਇੱਥੇ ਮੈਂ ਤੁਹਾਨੂੰ ਇਹ ਵੀ ਦੱਸ ਦੇਵਾਂ ਕਿ ਤੁਹਾਡੀ ਸੰਤਾਨ ਨੂੰ ਭਾਵੇਂ ਛੋਟੀ ਸੰਤਾਨ ਹੈ ਜਾਂ ਵੱਡੀ ਸੰਤਾਨ ਹੈ, ਹਲਕੀ ਫੁਲਕੀ ਉਹਨਾਂ ਨੂੰ ਇਸ ਹਫਤੇ ਚੋਟ ਲੱਗ ਸਕਦੀ ਹੈ ਜਾਂ ਪੇਟ ਦੀ ਸਮੱਸਿਆ ਜਾਂ ਐਲਰਜੀ ਦੀ ਸਮੱਸਿਆ ਹੋ ਸਕਦੀ ਹੈ। ਇਸ ਤਰ੍ਹਾਂ ਦੇ ਯੋਗ ਬਣਦੇ ਨਜ਼ਰ ਆ ਰਹੇ ਹਨ। ਹੁਣ ਤੁਹਾਡੇ ਜੇ ਕਰੀਅਰ ਸੰਬੰਧੀ ਗੱਲ ਕਰੀਏ ਤਾਂ ਦੇਖੋ ਜੀ, ਤੁਹਾਨੂੰ ਇਸ ਹਫਤੇ 2 ਤੇ 3 ਤਾਰੀਖ ਤੁਹਾਨੂੰ ਥੋੜਾ ਨਿਰਾਸ਼ਾਜਨਕ ਰਹਿਣ ਵਾਲੇ ਹਨ। ਤੁਹਾਨੂੰ ਲੱਗੇਗਾ ਕਿ ਮੇਰਾ ਕੰਮ ਸਹੀ ਨਹੀਂ ਜਾ ਰਿਹਾ ਹੈ, ਪਰ ਉਸ ਤੋਂ ਬਾਅਦ ਯਾਨੀ ਕਿ 4 ਤਾਰੀਖ ਤੋਂ ਤੁਹਾਡੇ ਨੂੰ ਇਸ ਤਰ੍ਹਾਂ ਫੀਲ ਹੋਏਗਾ ਕਿ ਤੁਹਾਡਾ ਕੰਮ ਇਕਦਮ ਉੱਠ ਗਿਆ ਹੈ, ਕੰਮ ਵਿੱਚ ਵਿਰਧੀ ਹੋਏਗੀ, ਕੰਮ 'ਚ ਵਾਧਾ ਹੋਏਗਾ। ਅਚਾਨਕ ਹੀ ਵਿਪਰੀਤ ਰਾਜਯੋਗ ਬਣਨ ਦਾ ਤੁਹਾਨੂੰ ਫਾਇਦਾ ਮਿਲੇਗਾ। ਅਚਾਨਕ ਹੀ ਕੋਈ ਤੁਹਾਨੂੰ ਡੀਲ ਮਿਲ ਸਕਦੀ ਹੈ, ਅਚਾਨਕ ਹੀ ਤੁਹਾਡਾ ਕੋਈ ਕੰਮ ਬਣ ਸਕਦਾ ਹੈ ਜਿਸ ਦੇ ਨਾਲ ਤੁਸੀਂ ਬੜੇ ਹੀ ਖੁਸ਼ ਹੋ ਜਾਓਗੇ। ਹੁਣ ਅਸੀਂ ਗੱਲ ਕਰ ਲੈਂਦੇ ਹਾਂ ਲਵ ਰਿਲੇਸ਼ਨਸ਼ਿਪ ਦੀ। ਭਾਵੇਂ ਤੁਸੀਂ ਲਵ ਪਾਰਟਨਰ ਹੋ ਜਾਂ ਲਾਈਫ ਪਾਰਟਨਰ ਹੋ, ਤਾਂ ਤੁਹਾਡਾ ਪਾਰਟਨਰ ਇਸ ਹਫਤੇ ਖੁਸ਼ ਰਹਿਣ ਵਾਲਾ ਹੈ। ਕਰੀਅਰ ਸੰਬੰਧੀ ਉਹਨੂੰ ਕੋਈ ਗੁੱਡ ਨਿਊਜ਼ ਮਿਲ ਸਕਦੀ ਹੈ। ਇਸ ਦੇ ਨਾਲ ਨਾਲ ਤੁਹਾਡੇ ਪਾਰਟਨਰ ਨੂੰ ਮਾਤਾ ਪਿਤਾ ਵੱਲੋਂ ਕੋਈ ਗਿਫਟ ਮਿਲ ਸਕਦਾ ਹੈ ਜਾਂ ਕੋਈ ਧਨ ਲਾਭ ਹੋ ਸਕਦਾ ਹੈ। ਕਹਿਣ ਦਾ ਮਤਲਬ ਹੈ ਕਿ ਰਿਲੇਸ਼ਨ ਇਸ ਹਫਤੇ ਤੁਹਾਡੇ ਬਹੁਤ ਹੀ ਅੱਛੇ ਹੈ। ਤੁਹਾਡੇ ਵਾਸਤੇ ਹਫਤੇ ਦੀ ਸਲਾਹ ਹੈ, ਆਪਣੇ ਘਰ ਵਿੱਚ ਹਰ ਰੋਜ਼ ਇੱਕ ਕਟੋਰੀ ਵਿੱਚ, ਭਾਵੇਂ ਕਟੋਰੀ ਸਟੀਲ ਦੀ ਹੋਵੇ ਜਾਂ ਤਾਂਬੇ ਦੀ ਕੋਈ ਵੀ ਹੋਵੇ, ਉਹਦੇ ਵਿੱਚ 2 ਕਪੂਰ ਪਾ ਕੇ ਰੋਜ਼ ਰਾਤ ਨੂੰ ਸੌਣ ਤੋਂ ਪਹਿਲੇ ਜਲਾਓ। ਤੁਹਾਡੇ ਘਰ ਦੀਆਂ ਸਾਰੀਆਂ ਨੈਗੇਟਿਵਿਟੀ ਪੋਜ਼ਿਟਿਵਿਟੀ ਵਿੱਚ ਬਦਲ ਜਾਣਗੀਆਂ ਜੀ। ਹੁਣ ਗੱਲ ਕਰ ਲੈਂਦੇ ਹਾਂ ਪਾਈਸਿਸ ਯਾਨੀ ਕਿ ਮੀਨ ਰਾਸ਼ੀ ਵਾਲਿਆਂ ਦੀ। ਤਾਂ ਦੇਖੋ ਜੀ, ਸਭ ਤੋਂ ਪਹਿਲੇ ਜੇਕਰ ਤੁਹਾਡੀ ਸਿਹਤ ਦੀ ਗੱਲ ਕਰੀਏ ਤਾਂ ਸਿਹਤ ਇਸ ਹਫਤੇ ਤੁਹਾਡੀ ਠੀਕ ਹੈ, ਪਰ ਮਨ ਥੋੜਾ ਜਿਹਾ ਪਰੇਸ਼ਾਨ ਰਹੇਗਾ, ਮਨ ਥੋੜਾ ਚਿੜਚਿੜਾ ਰਹਿ ਸਕਦਾ ਹੈ। ਜਾਣ ਪਹਿਚਾਣ ਵਾਲਿਆਂ ਨਾਲ ਤੁਹਾਡੇ ਵਾਦ ਵਿਵਾਦ, ਲੜਾਈ ਝਗੜਾ ਹੋ ਸਕਦਾ ਹੈ, ਜਾਂ ਤਾਂ ਤੁਹਾਡੀ ਸੰਤਾਨ ਨਾਲ ਤੁਹਾਡਾ ਵਾਦ ਵਿਵਾਦ, ਬਹਿਸਬਾਜੀ, ਲੜਾਈ ਝਗੜਾ ਹੋ ਸਕਦਾ ਹੈ, ਜਾਂ ਫਿਰ ਤੁਹਾਡੇ ਭੈਣ ਭਰਾ ਨਾਲ ਵੀ ਵਾਦ ਵਿਵਾਦ ਹੋ ਸਕਦਾ ਹੈ। ਧਨ ਦੀ ਸਥਿਤੀ ਦੀ ਤੁਹਾਡੀ ਗੱਲ ਕਰੀਏ ਤਾਂ ਦੇਖੋ ਜੀ, 2 ਤਾਰੀਖ ਤੋਂ ਲੈ ਕੇ 5 ਤਾਰੀਖ ਤੱਕ ਜੋ ਮੰਗਲ ਕੇਂਦਰ ਵਿੱਚ ਬੈਠੇ ਹਨ, ਤਾਂ ਤੁਹਾਨੂੰ ਬਹੁਤ ਵਧੀਆ ਧਨ ਲਾਭ ਹੋਣ ਵਾਲਾ ਹੈ, ਰੁਕਿਆ ਹੋਇਆ ਧਨ ਆਉਣ ਵਾਲਾ ਹੈ। ਪਰ 5 ਤਾਰੀਖ ਤੋਂ ਬਾਅਦ ਤੁਹਾਡੇ ਖਰਚੇ ਹੀ ਖਰਚੇ ਨਜ਼ਰ ਆਉਣਗੇ, ਗੱਡੀ ਦੇ ਉੱਤੇ, ਇਲੈਕਟ੍ਰੋਨਿਕ ਆਈਟਮ ਦੇ ਉੱਤੇ ਜਾਂ ਕੋਈ ਵੀ ਮਸ਼ੀਨਰੀ ਖਰਾਬ ਦੇ ਹੋਣ ਦੇ ਪਿੱਛੇ ਇਹ ਤੁਹਾਡੇ ਖਰਚੇ ਹੀ ਖਰਚੇ ਹੁੰਦੇ ਨਜ਼ਰ ਆਉਣਗੇ। ਕਹਿ ਸਕਦੇ ਹੋ ਕਿ ਅੱਧਾ ਹਫਤਾ ਤੁਹਾਡਾ ਅੱਛਾ ਹੈ, ਅੱਧਾ ਹਫਤਾ ਤੁਹਾਡਾ ਥੋੜਾ ਖਰਚਿਆਂ ਦੇ ਲਈ ਖਰਾਬ ਹੈ। ਹੁਣ ਤੁਹਾਡੇ ਕਰੀਅਰ ਦੀ ਗੱਲ ਕਰੀਏ ਤਾਂ ਕਰੀਅਰ ਵੀ ਤੁਹਾਡਾ ਅੱਛਾ ਹੈ, ਕਿਉਂਕਿ ਸੂਰਜ ਤੇ ਚੰਦਰਮਾ ਦਾ ਦੋਨੋਂ ਹੀ ਸਿੰਘ ਰਾਸ਼ੀ ਵਿੱਚ ਹਨ। ਤਾਂ ਤੁਹਾਡੇ ਜਿਹੜੇ ਬੌਸ ਹਨ, ਮੈਨੇਜਰ, ਸੀਨੀਅਰ ਅਧਿਕਾਰੀ ਤੁਹਾਡੀ ਤਾਰੀਫ ਕਰਨ ਵਾਲੇ ਹਨ। ਤੁਹਾਨੂੰ ਕੋਈ ਉੱਚਾ ਪਦ, ਪ੍ਰਮੋਸ਼ਨ ਮਿਲ ਸਕਦਾ ਹੈ, ਕੋਈ ਨਵਾਂ ਪ੍ਰੋਜੈਕਟ, ਮਨ ਚਾਹਾ ਪ੍ਰੋਜੈਕਟ ਜੋ ਤੁਸੀਂ ਚਾਹੁੰਦੇ ਸੀ ਉਹ ਤੁਹਾਡੇ ਹੱਥ ਵਿੱਚ ਆ ਸਕਦਾ ਹੈ। ਅੱਛੀ ਸੇਲ ਹੁੰਦੀ ਨਜ਼ਰ ਆਏਗੀ, ਇੰਟਰਨੈਸ਼ਨਲ ਬ੍ਰਾਂਡ ਨਾਲ ਕੋਈ ਤੁਹਾਡਾ ਕੋਲੈਬ ਹੋ ਸਕਦਾ ਹੈ, ਇਸ ਦੇ ਵੀ ਯੋਗ ਬਣਦੇ ਨਜ਼ਰ ਆ ਰਹੇ ਹਨ। ਗੱਲ ਕਰ ਲਈਏ ਲਵ ਰਿਲੇਸ਼ਨਸ਼ਿਪ ਦੀ, ਤਾਂ ਦੇਖੋ ਮਾਂ ਲੱਭੇ ਯੋਗ ਬਣ ਰਿਹਾ ਹੈ, ਤਾਂ ਤੁਹਾਡਾ ਪਾਰਟਨਰ ਤੁਹਾਨੂੰ 2 ਖੁਸ਼ਖਬਰੀਆਂ ਦੇ ਸਕਦਾ ਹੈ। ਇੱਕ ਤੁਹਾਨੂੰ ਪਰਸਨਲ ਲਾਈਫ ਨਾਲ ਰਿਲੇਟਿਡ ਜਾਂ ਪਰਿਵਾਰ ਨਾਲ ਸੰਬੰਧਿਤ ਜਾਂ ਆਪਣੇ ਤੋਂ ਰਿਲੇਟਿਡ ਤੁਹਾਨੂੰ ਕੋਈ ਖੁਸ਼ਖਬਰੀ ਸੁਣਾਉਣ ਵਾਲਾ ਹੈ, ਤੇ ਦੂਜਾ ਕਰੀਅਰ ਸੰਬੰਧੀ ਵੀ ਤੁਹਾਨੂੰ ਕੋਈ ਉਹਨਾਂ ਖੁਸ਼ਖਬਰੀ ਦੇਣ ਵਾਲਾ ਹੈ। ਉਹਨਾਂ ਦਾ ਕੋਈ ਪਦ ਪ੍ਰਮੋਸ਼ਨ ਹੋ ਸਕਦਾ ਹੈ ਜਾਂ ਕੋਈ ਧਨ ਲਾਭ ਹੋ ਸਕਦਾ ਹੈ, ਤੇ ਵੀਕਐਂਡ ਵਿੱਚ, ਹਫਤੇ ਦੇ ਅਖੀਰ ਵਿੱਚ ਤੁਹਾਨੂੰ ਕੋਈ ਪਾਰਟੀ ਦੇ ਸਕਦਾ ਹੈ ਤੁਹਾਡਾ ਪਾਰਟਨਰ। ਇਹ ਤੁਹਾਡੇ ਵਾਸਤੇ ਸਰਪ੍ਰਾਈਜ਼ ਪਾਰਟੀ ਹੋਏਗੀ, ਸਰਪ੍ਰਾਈਜ਼ ਗਿਫਟ ਹੋਏਗਾ ਤੁਹਾਡੇ ਵਾਸਤੇ। ਹਫਤੇ ਦਾ ਉਪਾਅ ਹੈ, ਕਿਸੇ ਵੀ ਗਰੀਬ ਇਨਸਾਨ ਨੂੰ, ਨੀਡੀ ਇਨਸਾਨ ਨੂੰ ਜਿਸ ਨੂੰ ਐਕਚੁਅਲ ਵਿੱਚ ਜ਼ਰੂਰਤ ਹੈ, ਉਸ ਨੂੰ ਥੋੜੇ ਜਿਹੇ ਚਾਵਲ ਦਾਨ ਕਰੋ, ਭਾਵੇਂ 1 ਕਿਲੋ ਹੋਣ, 2 ਕਿਲੋ ਹੋਣ, ਜਿੰਨੀ ਤੁਹਾਡੀ ਸਮਰੱਥਾ ਹੈ ਉਹਦੇ ਅਨੁਸਾਰ ਦਾਨ ਕਰੋ, ਤਾਂ ਤੁਹਾਡਾ ਪੋਜ਼ਿਟਿਵਿਟੀ ਦੁਆਲਾ ਹੀ ਹਫਤਾ ਤੁਹਾਡਾ ਰਹੇਗਾ ਜੀ। ਤੇ ਚਲੋ ਜੀ,
ਐਸੀ 12 ਰਾਸ਼ੀਆਂ ਦਾ ਰਾਸ਼ੀਫਲ ਮੈਨੂੰ ਪੂਰੀ ਉਮੀਦ ਹੈ ਕਿ ਸਾਡੀ ਰਾਸ਼ੀਫਲ ਦੀ ਜਾਣਕਾਰੀ ਦੇ ਨਾਲ ਤੁਸੀਂ ਆਉਣ ਵਾਲਾ ਹਫ਼ਤਾ ਆਪਣਾ ਸ਼ੁਭ ਤੇ ਲਾਭਕਾਰੀ ਜ਼ਰੂਰ ਬਣਾਓਗੇ ਜੀ। ਤੇ ਚਲੋ ਜੀ, ਹੁਣ ਮੈਨੂੰ ਇਜਾਜ਼ਤ ਦਿਓ, ਮਿਲਦੀ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੈ ਕੇ।